ਸਾਰੇ ਪ੍ਰੇਮੀ ਸ਼ਬਦ ਵਿੱਚ ਬੋਲ ਕੇ ਆਪਣੀ ਰਚਨਾ ਨੂੰ ਸਫਲਾ ਪਵਿੱਤਰ ਕਰਨ ਦੀ ਖੇਚਲ ਪਹਿਲੇ ਦਾਸ ਬੋਲਿਆ ਕਰੇਗਾ, ਉਸ ਤੋਂ ਬਾਅਦ ਸਾਰੇ ਭਾਈ ਬੋਲਿਆ ਕਰਨ, ਤੀਸਰੇ ਪਾਸੇ ਸਭ ਬੀਬੀਆਂ ਗੰਜ ਵੱਜ ਕੇ ਬੋਲਿਆ ਕਰੋ, ਪਿੱਛੇ ਤੱਕ ਜਿਤਨੇ ਬੈਠੇ ਸਾਰੇ ਹੀ ਨਿਸਫਲਤਾ ਦੇ ਵਾਸਤੇ ਸ਼ਬਦ ਵਿੱਚ ਬੋਲਣ ਦੀ ਖੇਚਲ ਕਰੋ।
Thank you.
विश्वास पर आया सत्य ज्ञान दुश्मन प्रगट आया। सतसंगत अपने ख्यालों बाहरों रोकने की लोड़ है। जिनी देर तक ख्याल बाज मुक्ता तो नहीं रुकता, अंतर्मुख नहीं होया करता, शब्द नाल नहीं जुड़िया करता, शब्द नाल जुड़े बिना शब्द का आनंद नहीं प्राप्त। शिक्षा गुरु बाबा जी की उस जीव का लोग परलोक दोनों सहेला करने वाली उसकी समझी पिया कर दी। सत्संगी पुरश वास्ते बारों ख्याल का रोकना अति जरूरी है। रसना द्वारा शब्द विच बोली जाना चाहिए, कन्ना सुन विच ला के रखे, नेत्रा गुरु स्वरूप के ध्यान तो बिना इधर उधर जाने की इजाजत ना देवे, बुद्ध नाल विचार करी जाए। इं ख्याल टिकता है, जुड़ता है, शब्द का पूरा आनंद प्राप्त होता है। गुरु बाबा जी की शिक्षा की पूरी समझ पैंदी है। साल सराय प्रथाय गुरु जी सत्संग करन दा भजन करन दा सही सही ढंग दस रहे हैं। श्रद्धा निर्माणता जीत की एकाग्रता तीन सुनहरी असूलों की शिक्षा दे रहे हैं। सबसे पहला साधन श्रद्धा ही है। श्रद्धा तो बिना इस मार्ग के प्रवृत्त ही नहीं होया जाता। श्रद्धा सबसे मुख्य साधन है, बलवान साधन है। श्रद्धा जिस दे चित विच दृढ़ हो जाए उसके परमार्थ रूपी कार्य की सफलता दे वास्ते कोई देर नहीं होया कर। तो इस वास्ते ही फरमाने जिसके मन गुरु की प्रदीप, इस जने आवे हर पर जीत, जिसके मन विश्वास पर आया सत्य ज्ञान किस मन प्रगटाया, श्रद्धावान लभते ज्ञान। सो इसकी मिसाल इसका उदाहरण धन्य का प्रसंग चल रहा है। नामन पूजे देवते धन्ना गऊ चरावन जावै, धन्ने डिठा चलती है पूछे ब्राह्मण कै समझावै। ठाकुर की सेवा करे जो इच्छे सोई फल पावे, पाठ पूजा करदे हैं धन्ने ने परलोचन वेख्या। समझनी पैंदी सी की कुछ करदा क्योंकि पता नहीं सी इस गल, पुछण तो पता लगा भाई परमेश्वर के भजन करन दे बेंत फायदे ने। और की कहना, जो इच्छे सोई फल पावे, जो कुछ कोई चाहता है भजन करने वाला वही कुछ प्राप्त कर लेंदा है। गुरु अर्जन देव महाराज परमेश्वर के भजन नू रसायण रूप कथन करते हैं। रसना गुण गोपाल नित गायन, शांत सहज रहस्य मन पिजो, सगले दुख पलायन, जो जो मांगे सोई सोई पावें, सेव हर के चरण रसैन। वाहिगुरु दे चरण जो रसैन रूप हैं, इन्हां दी सेवा कर भजन कर, जो कुछ चाहेगा सोई प्राप्त कर सकेगा। सेव हर के चरण रसैन जी, जो जो मांगे हर के चरण Thank you.
ਵੱਟੀ ਹੈ ਇਹਦੇ ਵਿੱਚ ਅੱਠਾਂ ਧਾਤਾਂ ਨੂੰ ਸੋਨਾ ਬਣਾਉਣ ਦੀ ਤਾਕਤ ਹੈ। ਲਿਆ ਜ਼ਰਾ ਰੰਬੀ ਫੜਾਓ, ਰੰਬੀ ਦਿੱਤੀ ਉਹਨੂੰ ਲਗਾਇਆ ਸੋਨੇ ਦੀ ਬਣ ਗਈ। ਜਦੋਂ ਇਹ ਕੁਛ ਕੀਤਾ ਰਵਿਦਾਸ ਮੁਸਕਰਾ ਕੇ ਕਹਿਣ ਗਏ ਇਹ ਵੱਟੀ ਤਾਂ ਸਿਰਫ ਅੱਠਾਂ ਧਾਤਾਂ ਨੂੰ ਸੋਨਾ ਹੀ ਬਣਾਉਂਦੀ ਹੈ, ਪਰ ਮੇਰੇ ਪਾਸ ਇੱਕ ਇਹੋ ਜਿਹੀ ਰਸਾਇਣ ਹੈ ਜਿਹੜੀ ਜੀਵ ਤੋਂ ਰੱਬ ਬਣਾਉਂਦੀ। ਪਰਮੇਸ਼ਰ ਦਾ ਨਾਮ ਜੀਵ ਤੋਂ ਰੱਬ ਬਣਾਉਂਦਾ। ਜਿਹਨਾਂ ਜਿਹਨਾਂ ਭਜਨ ਕੀਤਾ ਉਹ ਐਸੇ ਹੀ ਹੋਏ, ਜੀਵ ਅਵਸਥਾ ਤੋਂ ਉੱਠ ਕੇ ਜਿਹੜੀ ਆਪਣੀ ਨਿੱਜੀ ਅਵਸਥਾ ਆਤਮਕ ਅਵਸਥਾ ਹੈ ਉਹਦੇ ਵਿੱਚ ਉਹਨਾਂ ਸਥਿਤੀ ਪਾਈ। ਸਵੇਂ ਆ ਕਿਧਰ ਗੁਰੂ ਜੀ ਕਹਿੰਦੇ ਪਰਮੇਸ਼ਰ ਦਾ ਭਜਨ ਰਸਾਇਣ ਰੂਪ ਝੂਠੀਆਂ ਰਸਾਇਣ ਦਾ ਸਿਰਫ ਧਨ ਹੀ ਬਣਾਉਂਦੀਆਂ ਹਨ। ਇਹਦੇ ਵਿੱਚ ਦੀਨ ਦੁਨੀਆਂ ਪ੍ਰਾਪਤੀ ਜੀਵਨ ਮੁਕਤੀ ਆਦਿ ਸਭ ਕੁਛ ਮਿਲਦੀ ਹੈ। ਜਦੋਂ ਧੰਨੇ ਇਹ ਕੁਛ ਕਿਹਾ ਠਾਕੁਰ ਦੀ ਸੇਵਾ ਕਰੇ ਜੋ ਇੱਛੇ ਸੋਈ ਫਲ ਪਾਵੇ। ਠਾਕੁਰ ਦੀ ਸੇਵਾ ਕਰੇ, ਠਾਕੁਰ ਦੀ ਸੇਵਾ ਕਰੇ, ਸੋਈ ਫਲ ਪਾਵੇ। ਪਰਮੇਸ਼ਰ ਦੀ ਸੇਵਾ ਭਜਨ ਕਰਨ ਵਾਲਾ ਪੁਰਸ਼ ਜੋ ਕੁਛ ਵੀ ਚਾਹੁੰਦਾ ਉਹੀ ਕੁਛ ਪ੍ਰਾਪਤ ਕਰ ਲੈਂਦਾ ਹੈ। ਗਾਂਮਜ ਦੀ ਕੋਈ ਸੇਵਾ ਕਰਦਾ ਦੁੱਧ ਪ੍ਰਾਪਤ ਹੁੰਦਾ ਹੈ, ਕਿਸੇ ਦਰਖਤ ਦੀ ਸੇਵਾ ਕਰਦਾ ਹੈ ਫਲ ਮਿਲਦੇ ਹਨ, ਛਾਂ ਮਿਲਦੀ ਹੈ। ਪਰ ਵਾਹਿਗੁਰੂ ਅੰਤਰਜਾਮੀ ਸਭ ਸ੍ਰਿਸ਼ਟੀ ਦਾ ਕਰਤਾ ਹਰਤਾ ਧਰਤਾ
ਜਿਸ ਤੋਂ ਸਭ ਕੁਛ ਪੈਦਾ ਹੋਇਆ, ਜਿਹਦੇ ਆਸਰੇ ਸਭ ਕੁਛ, ਸਾਰੀਆਂ ਸ਼ਕਤੀਆਂ ਦੀ ਸ਼ਕਤੀ ਜਿਤਨੀ ਦੁਨੀਆਂ ਦੀ ਵਿਭੂਤੀ ਨਜ਼ਰ ਆਉਂਦੀ ਹੈ ਸਭ ਉਸਦੇ ਵਿੱਚੋਂ ਹੀ ਪੈਦਾ ਹੋਈ, ਉਸਦੇ ਵਿੱਚ ਉਹਦੇ ਵਿੱਚ ਫਿਰ ਲੈ ਹੋ ਜਾਂਦੀ ਹੈ। ਇਹੋ ਜਿਹਾ ਵਾਹਿਗੁਰੂ ਜੋ ਉਸਦੀ ਸੇਵਾ ਕਰਦਾ ਹੈ, ਜੋ ਚਾਹੁੰਦਾ ਉਹੀ ਕੁਛ ਪ੍ਰਾਪਤ ਕਰ ਲੈਂਦਾ। ਗੁਰੂ ਨੇ ਅਟਲ ਪਦਵੀ ਮੰਗੀ, ਉਹੀ ਮਿਲ ਗਈ। ਪ੍ਰਹਿਲਾਦ ਨੇ ਥਾਂ ਥਾਂ ਆਪਣੀ ਰਕਸ਼ਾ ਮੰਗੀ, ਥਾਂ ਥਾਂ ਉਸਦੀ ਰਕਸ਼ਾ ਹੋਈ। ਜੋ ਕੁਛ ਵੀ ਚਾਹੁੰਦਾ ਇਹ ਕੁਛ ਮਿਲ ਜਾਂਦਾ। ਅੰਨੇ ਦਾ ਮਨ ਸਾਫ਼ ਸੀ, ਸਾਫ਼ ਕੱਪੜੇ ਨੂੰ ਰੰਗ ਵਿੱਚ ਡੋਬਾ ਦਿੱਤਾ ਜਾਏ ਬੜਾ ਸੋਹਣਾ ਰੰਗ ਚੜ ਜਾਂਦਾ ਹੈ। ਮੈਲਾ ਕੱਪੜਾ ਹੋਵੇ ਉਸਦੇ ਵਿੱਚ ਰਿਹਾਈ ਪਈ ਹੋਵੇ, ਰੰਗ ਵਿੱਚ ਡੋਬਿਆ ਉਹਨੂੰ ਰੰਗ ਨਹੀਂ ਚੜਿਆ ਕਰਦਾ। ਇਸੇ ਤਰ੍ਹਾਂ ਜਿਹਦਾ ਮਨ ਸਾਫ਼ ਹੈ, ਗੁਰੂਲੇ ਸੰਸਕਾਰ ਕੁਛ ਤੇਜ਼ ਹਨ, ਉਸਨੇ ਬੜੀ ਜਲਦੀ ਪਰਮੇਸ਼ਰ ਦੇ ਪਾਸੇ ਦਾ ਪ੍ਰੇਮ ਲੱਗਦਾ ਪਰ ਜਿਨ੍ਹਾਂ ਦੇ ਮਨਾਂ ਦੇ ਅੰਦਰ ਪਾਪਾਂ ਦੀ ਥੰਜਾਈ ਲੱਗੀ ਹੋਈ ਹੈ ਔਰ ਵਿਕਾਰਾਂ ਦੀ ਮਹਿਲ ਲੱਗੀ ਹੋਈ ਹੈ, ਉਸ ਮਨ ਨੂੰ ਜਲਦੀ ਰੰਗ ਨਹੀਂ ਚੜ੍ਹਦਾ, ਉਹ ਲਾਹ ਕੇ ਫਿਰ ਰੰਗ ਚੜ੍ਹਿਆ ਕਰਦਾ। ਇਹ ਗੱਲ ਸੁਣਨ ਦੀ ਦੇਰ ਸੀ, ਅੰਨੇ ਦੇ ਚਿੱਤ ਵਿੱਚ ਇੱਕ ਲਖਤ ਇੱਕ ਟੁੱਟ ਸ਼ਰਧਾ ਹੋ ਆਈ। ਸ਼ਰਧਾ ਸਾਧਨ ਕਿਤਨਾ ਬਲਵਾਨ ਸਾਧਨ ਹੈ। ਰਾਜਾ ਦਾ ਦਰਬਾਰ ਲੱਗਿਆ, ਵਜ਼ੀਰ ਮਿਸ਼ੀਰ ਅਹਿਲਕਾਰ ਉਸ ਦਰਬਾਰ ਵਿੱਚ ਬੈਠੇ ਹਨ। ਰਾਜਾ ਧਰਮਾਤਮਾ ਖਿਆਲਾਂ ਦਾ ਸੀ, ਜੋ ਧਰਮਾਤਮਾ ਖਿਆਲਾਂ ਦੇ ਰਾਜੇ ਹੋਏ ਉਹਨਾਂ ਦੇ ਦਰਬਾਰਾਂ ਵਿੱਚ ਕਈ ਦਫ਼ਾ ਧਾਰਮਿਕ ਮਸਲਿਆਂ 'ਤੇ ਵੀ ਵਿਚਾਰਾਂ ਚੱਲ ਪਏ ਨੇ, ਜਿੱਥੇ ਵਿਵਹਾਰਕ ਮਸਲਿਆਂ 'ਤੇ ਚੱਲਦੀਆਂ ਹੀ ਰਹਿੰਦੀਆਂ। ਮਹਾਰਾਜਾ ਰਣਜੀਤ ਸਿੰਘ ਉਸਦੇ ਦਰਬਾਰ ਵਿੱਚ ਜਿਤਨੇ ਦਰਬਾਰੀ ਹੁੰਦੇ ਨੇ ਹਰ ਇੱਕ ਦੇ ਹੱਥ ਵਿੱਚ ਤਸਬੀਹਾਂ ਮਾਲਾ ਹੋਇਆ ਕਰਦੇ। ਬੜੀ ਦੇਰ ਤੱਕ ਤਸਬੀਹਾਂ ਮਾਲਾ ਫੇਰਦੇ ਰਹਿੰਦੇ। ਇਸੇ ਤਰ੍ਹਾਂ ਹੀ ਇਹੋ ਜਿਹਾ ਇੱਕ ਪਰਮਾਤਮਾ ਰਾਜਾ, ਉਸਨੇ ਵਜ਼ੀਰ ਨੂੰ ਸਵਾਲ ਕੀਤਾ, ਵਜ਼ੀਰ ਸਾਹਿਬ ਪੀਰ ਵੱਡਾ ਹੈ ਜਾਂ ਕਿ ਅਧੀਨ ਵੱਡਾ ਹੈ, ਗੁਰੂ ਵੱਡਾ ਹੈ ਜਾਂ ਕਿ ਸ਼ਰਧਾ ਵੱਡੀ ਹੈ। ਇਹ ਵਚਨ ਸੁਣ ਕੇ ਵਜ਼ੀਰ ਕਹਿਣ ਲੱਗਾ, ਸਰਕਾਰ ਦੋਨਾਂ ਗੱਲਾਂ ਦੀ ਲੋੜ ਹੈ,
ਪੀਰ ਕਾਮਲ ਹੋਵੇ, ਯਕੀਨ ਸ਼ਰਧਾਲੂ ਦਾ ਜਗਿਆਸੂ ਦਾ ਪੂਰਾ ਹੋਵੇ, ਉਹਦੇ ਕਾਰਜ ਸਿੱਧ ਹੋਣ ਨੂੰ ਦੇਰ ਨਹੀਂ ਲੱਗਿਆ ਕਰਦੀ। ਜੇਕਰ ਪੀਰ ਕਾਮਲ ਹੈ, ਜਗਿਆਸੂ ਦਾ ਯਕੀਨ ਨਹੀਂ ਹੈ, ਭਰੋਸਾ ਨਹੀਂ ਹੈ, ਸ਼ਰਧਾ ਨਹੀਂ ਹੈ, ਉੱਥੋਂ ਕੁਛ ਲੈ ਨਹੀਂ ਸਕੀ। ਹਾਂ, ਜੇਕਰ ਯਕੀਨ ਪੂਰਾ ਹੋਵੇ, ਅਗਰ ਗੁਰੂ ਕਾਮਲ ਬਿਨਾਂ ਹੋਵੇ, ਉੱਥੋਂ ਵੀ ਬਹੁਤ ਕੁਛ ਲੈ ਸਕੀਂਗਾ। ਯਾਨੀ ਯਕੀਨ ਜੋ ਹੈ, ਭਰੋਸਾ ਹੈ, ਹਰ ਹਾਲਤ ਵਿੱਚ ਜਗਿਆਸੂ ਨੂੰ ਜ਼ਰੂਰੀ ਹੈ। ਇਹ ਵਚਨ ਸੁਣ ਕੇ ਰਾਜਾ ਕਹਿਣਗੇ, ਇਹ ਤਾਂ ਮੈਂ ਵੀ ਜਾਣਦਾ ਹਾਂ, ਲੇਕਿਨ ਮੈਂ ਇਸਦਾ ਜਵਾਬ ਪ੍ਰੈਕਟੀਕਲੀ ਚਾਹੁੰਦਾ ਹਾਂ। ਇਹ ਵਚਨ ਸੁਣ ਕੇ ਵਜ਼ੀਰ ਕਹਿੰਦਾ, ਸਰਕਾਰ ਇਸ ਦੇ ਵਾਸਤੇ ਮੁਹਲਤ ਚਾਹੀਦੀ ਹੈ, ਸਮਾਂ ਚਾਹੀਦਾ ਹੈ। ਕਹਿਣ ਲੱਗਾ, ਜਿਤਨਾ ਵੀ ਸਮਾਂ ਚਾਹੀਦਾ, ਪਰ ਮੈਨੂੰ ਇਸਦਾ ਜਵਾਬ ਪ੍ਰੈਕਟੀਕਲੀ ਦੇਣਾ ਚਾਹੀਦਾ। ਖੈਰ, ਅੱਜ ਵਜ਼ੀਰ ਆਪਣੇ ਘਰ ਚਲਾ ਜਾਂਦਾ ਹੈ, ਜਾ ਕੇ ਵਿਚਾਰ ਕਰਦਾ ਹੈ ਰਾਜਾ ਦੇ ਸਵਾਲ ਦਾ ਜਵਾਬ ਪ੍ਰੈਕਟੀਕਲੀ ਤਿਆਰ ਕਰਨਾ ਸੀ। ਨਾਲ ਹੀ ਸ਼ਹਿਰ ਦੇ ਇੱਕ ਬੜਾ ਘਣਾ ਜੰਗਲ ਹੈ, ਉੱਥੇ ਕੁਛ ਰਾਜ ਮਿਸਤਰੀਆਂ ਨੂੰ ਲੈ ਕੇ ਜਾਂਦਾ ਹੈ, ਇੱਕ ਥਾਂ ਇੱਕ ਮਤ ਤਿਆਰ ਕਰਵਾ ਦਿੱਤਾ, ਜਿਸ ਦੇ ਵਿੱਚ ਉਸਨੇ ਆਪਣੇ ਜੁੱਤੇ ਦੇ ਪੈਰ ਦੀ ਇੱਕ ਪਾਂਗ ਰੱਖ ਦਿੱਤੀ। ਉਸ ਮਰਦ ਦਾ ਨਾਂ ਪੀਰ ਜੁੱਤੇ ਸ਼ਾਹ ਰੱਖ ਦਿੱਤਾ। ਸ਼ਹਿਰ ਦੇ ਵੀ ਡਾਉਂਡੀ ਫਰਵਾ ਦਿੱਤੀ, ਇਸ ਜੰਗਲ ਦੇ ਵਿੱਚ ਕਿਸੇ ਮੌਕੇ ਪੀਰ ਜੁੱਤੇ ਸ਼ਾਹ ਹੋਇਆ, ਬੜਾ ਕਾਮਲ ਪੀਰ ਹੋਇਆ ਹੈ ਆਪਣੇ ਸਮੇਂ ਵਿੱਚ। ਸ਼ਰਧਾਵਾਨਾਂ ਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਸਨ। ਹੁਣ ਵੀ ਜਿਹੜਾ ਕੋਈ ਸ਼ਰਧਾ ਦੇ ਨਾਲ ਆਰਾਧਨਾ ਕਰੇ, ਉਸਦੀ ਵੀ ਕਾਮਨਾ ਪੂਰੀ ਹੁੰਦੀ ਹੈ। ਇੱਕ ਵਾਰੀ ਡਾਉਂਡੀ ਫਰਵਾਈ, ਦੂਸਰੀ ਦਫ਼ਾ, ਤੀਸਰੀ ਦਫ਼ਾ, ਕਈ ਦਫ਼ਾ ਸ਼ਹਿਰ ਵਿੱਚ ਇਸ ਗੱਲ ਦੀ ਬਾਬਤ ਡਾਉਂਡੀ ਫਰਵਾ ਦਿੱਤੀ, ਤਾਂ ਕਿ ਹਰ ਇੱਕ ਦੇ ਕੰਨ ਵਿੱਚ ਆਵਾਜ਼ ਪਵੇ, ਸਭ ਲੋਕਾਂ ਨੇ ਸੁਣੀ। ਦੁਨੀਆਂ ਦੇ ਵਿੱਚ ਸਹਿਕਾਮੀ ਲੋਕ ਬਹੁਤ ਹੁੰਦੇ ਹਨ, ਨਿਸ਼ਕਾਮ ਬਹੁਤ ਥੋੜ੍ਹੇ ਹੁੰਦੇ ਹਨ, ਔਰ ਦੁਨਿਆਵੀ ਕਾਮਨਾ ਦੇ ਵਾਸਤੇ ਬਹੁਤ ਦੁਨੀਆਂ ਪੀਰਾਂ ਫਕੀਰਾਂ ਦੀ ਆਰਾਧਨਾ ਕਰਦੀ ਦੇਖੀ ਗਈ, ਬੜੀਆਂ ਮਸਾਣੀਆਂ ਦੀ ਆਰਾਧਨਾ ਵੀ ਕਰਦੇ ਦੇਖੇ ਗਏ। ਸੰਯਮ ਕਰਕੇ ਸਭ ਲੋਕਾਂ ਦੇ ਕੰਨਾਂ ਵਿੱਚ ਆਵਾਜ਼ ਪੈ ਗਈ ਪੀਰ ਜੁੱਤੇ ਸ਼ਾਹ ਦੀ ਬਾਬਤ। ਕਿਸੇ ਦਾ ਕੋਈ ਕੰਮ ਅੜ ਜਾਏ, ਪੀਰ ਜੁੱਤੇ ਸ਼ਾਹ ਦੀ ਕਬਰ 'ਤੇ ਪਹੁੰਚਣਾ, ਉੱਥੇ ਪਹੁੰਚ ਕੇ ਉਸਨੇ ਆਰਾਧਨਾ ਕਰਨੀ, ਮੈਂ ਤੇਰਾ ਚੂਰਮਾ ਦਿਆਂਗਾ, ਆ ਦਿਆਂਗਾ, ਜੇ ਮੇਰਾ ਕੰਮ ਪੂਰਾ ਹੋ ਜਾਵੇ, ਬਹੁਤ ਸਾਰੇ ਲੋਕਾਂ ਦੀਆਂ ਕਾਮਨਾਵਾਂ ਪੂਰੀਆਂ ਹੋਣ ਲੱਗ ਪਈਆਂ। Thank you.
ਸਾਰੇ ਇਹ ਪੀਰ ਜੁੱਤੇ ਸ਼ਾਹ ਦੀ ਬਾਬਤ ਡੌਂਡੀ ਫਰਵਾ ਦਿੱਤੀ। ਬਹੁਤ ਸਾਰੇ ਕਾਮਨਾ ਵਾਲੇ ਲੋਕ ਜ਼ਿਆਦਾ ਆਪਣੀ ਆਰਾਧਨਾ ਕਰਦੇ ਹਨ, ਜਿਹਦੀ ਸ਼ਰਧਾ ਉਸਦੀ ਕਾਮਨਾ ਪੂਰੀ ਹੋ ਜਾਂਦੀ ਹੈ। ਇਸੇ ਤਰ੍ਹਾਂ ਸਮਾਂ ਗੁਜ਼ਰਦਾ ਚਲਾ ਗਿਆ। ਦੁਨੀਆਂ ਦੇ ਵਿੱਚ ਦੁੱਖ ਤਕਲੀਫਾਂ ਦੇ ਸਮੇਂ ਛੋਟੇ ਵੱਡੇ ਨੂੰ ਹਰ ਇੱਕ ਨੂੰ ਹੀ ਆ ਜਾਇਆ ਕਰਦੇ ਹਨ। ਉਸ ਰਾਜਾ ਨੇ ਵੀ ਕੋਈ ਐਸਾ ਸਮਾਂ ਆ ਗਿਆ। ਸੋ ਉਸਦਾ ਕੋਈ ਇਹੋ ਜਿਹਾ ਕਾਰਜ ਆਇਆ ਜਿਸ ਦੇ ਵਿੱਚ ਬੜੀ ਭਾਰੀ ਰੁਕਾਵਟ ਪੇਸ਼ ਆਈ। ਬੜੇ ਉਪਾਅ ਕੀਤੇ, ਯਤਨ ਕੀਤੇ, ਲੇਕਿਨ ਉਹ ਰੁਕਾਵਟ ਦੂਰ ਹੋਈ ਨਾ ਸਕੀ। ਅਖੀਰ ਵਜ਼ੀਰ ਇੱਕ ਦਿਨ ਰਾਜਾ ਨੂੰ ਕਹਿਣ ਲੱਗਾ, ਸਰਕਾਰ ਆਪਦੀ ਉਸ ਕੰਮ ਦੇ ਰੁਕਾਵਟ ਦੀ ਬਾਬਤ ਮੈਂ ਜੇਕਰ ਪ੍ਰਾਰਥਨਾ ਕਰਾਂ, ਤੁਸੀਂ ਮੇਰੇ ਵਚਨ 'ਤੇ ਵਿਸ਼ਵਾਸ ਲਿਆ, ਤੁਹਾਡਾ ਕਾਰਜ ਜ਼ਰੂਰ ਰਾਸ ਹੋ ਜਾਏ। ਰਾਜਾ ਕਹਿਣ ਲੱਗਾ, ਦੱਸ। ਦੇਖੋ ਨਾ, ਕਹਿਣ ਲੱਗਾ, ਆਪਣੀ ਨਜ਼ਦੀਕ ਹੀ ਘਣਾ ਜੰਗਲ ਹੈ ਸ਼ਹਿਰ ਦੇ, ਉਹਦੇ ਵਿੱਚ ਕਿਸੇ ਮੌਕੇ ਪੀਰ ਜੁੱਤੇ ਸ਼ਾਹ ਹੋਇਆ। ਆਪਣੇ ਸਮੇਂ ਦਾ ਬੜਾ ਕਾਮਲ ਪੀਰ ਸੀ। ਉਹਦੀ ਜ਼ਿੰਦਗੀ ਦੇ ਵਿੱਚ ਬਹੁਤ ਲੋਕਾਂ ਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਸਨ। ਹੁਣ ਉਹਨਾਂ ਦਾ ਮੱਠ ਹੈ, ਉੱਥੇ ਵੀ ਸ਼ਰਧਾਵਾਨਾਂ ਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ। ਤੁਸੀਂ ਵੀ ਚਲੋ ਅਤੇ ਆਪਣੀ ਆਰਾਧਨਾ ਕਰੋ। ਮੈਨੂੰ ਪੂਰਾ ਵਿਸ਼ਵਾਸ ਹੈ ਤੁਹਾਡਾ ਕਾਰਜ ਰਾਸ ਹੋ ਜਾਏਗਾ। ਸੋ ਵਜ਼ੀਰ ਨੇ ਰਾਜਾ ਦਾ ਵਿਸ਼ਵਾਸ ਦ੍ਰਿੜ ਕਰਵਾ ਦਿੱਤਾ। ਲਿਜਾ ਕੇ ਉੱਥੇ ਜੀਵ ਤੂੰ ਕਰਕੇ ਪ੍ਰਾਰਥਨਾ ਕਰਵਾ ਦਿੱਤੀ। ਸੁੱਖਾਂ ਸੁੱਖ ਲਈ ਆ, ਮੈਂ ਭੇਟਾ ਚਾੜਾਂ ਜੇਕਰ ਮੇਰਾ ਕਾਰਜ ਰਾਸ ਹੋ ਜਾਵੇ। ਸੋ ਉਹਦੀ ਸ਼ਰਧਾ ਨੂੰ ਕਾਰਜ ਰਾਸ ਹੋ ਗਿਆ। ਕਈ ਦਿਨ ਗੁਜ਼ਰ ਗਏ। ਵਜ਼ੀਰ ਕਹਿਣ ਲੱਗਾ, ਸਰਕਾਰ ਜਿਸ ਗੁਰੂ ਪੀਰ ਦੀ ਮਰੌਤ ਮੰਨੀ ਹੈ ਉਹਨੂੰ ਦੇਣੀ ਚਾਹੀਦੀ ਹੈ, ਪਰ ਐਸਾ ਨਾ ਕੀਤਾ ਜਾਵੇ, ਨੁਕਸਾਨ ਹੁੰਦਾ। ਆਪਨੇ ਪੀਰ ਜੁੱਤੇ ਸ਼ਾਹ ਦੀ ਮਰੌਤ ਮੰਨੀ ਸੀ, ਤੁਹਾਡਾ ਅੜਿਆ ਕੰਮ ਉਸਦੀ ਰੁਕਾਵਟ ਨੂੰ ਦੂਰ ਕਰਨ ਵਾਸਤੇ ਉਹ ਸਿੱਧ ਹੋਇਆ ਹੈ, ਚਲੋ ਲੈ ਕੇ ਉਹ ਚੀਜ਼ਾਂ ਉਸਦੀ ਭੇਟ ਚਾੜੇ ਆਈਏ। ਰਾਜਾ ਕਹਿੰਦਾ, ਹਾਂ ਜ਼ਰੂਰ, ਆਰਾਧਨਾ ਕੀਤੀ ਸੀ, ਲੈ ਚਲੋ। ਅੱਜ ਵਜ਼ੀਰ ਉਸਨੂੰ ਨਾਲ ਲਿਜਾ ਕੇ ਉੱਥੇ ਚੂਰਮਾ ਚਾਰਮਾ ਜੋ ਕੁਛ ਸੁੱਕਣਾ ਸੁੱਖੀ ਸੀ ਜਾ ਪਹੁੰਚਦਾ ਹੈ। ਬਹੁਤ ਸਾਰੇ ਲੋਕ ਹੋਰ ਵੀ ਹਨ ਉੱਥੇ, ਜਾ ਕੇ ਉਹ ਚੀਜ਼ਾਂ ਰੱਖ ਦਿੱਤੀਆਂ, ਚੂਰਮਾ ਚਾਰਮਾ ਵੰਡਤਾ। ਉਸ ਤੋਂ ਬਾਅਦ ਵਜ਼ੀਰ ਨੇ ਹੁਕਮ ਕੀਤਾ, ਇਸ ਮੱਠ ਨੂੰ ਢਾ ਦਿਓ। ਮੱਠ ਨੂੰ ਢਾਉਣਾ ਸ਼ੁਰੂ ਕਰ ਦਿੱਤਾ ਲੋਕਾਂ ਨੇ ਵਜ਼ੀਰ ਦਾ ਹੁਕਮ ਮੰਨ ਕੇ। ਰਾਜਾ ਹੈਰਾਨ ਹੁੰਦਾ, ਕਹਿਣਗੇ, ਵਜ਼ੀਰ ਸਾਹਿਬ ਇਹ ਕੀ ਕਰ ਰਹੇ ਹੋ, ਪੀਰ ਜੀ ਦਾ ਮੱਠ ਕਿਉਂ ਢਾ ਰਹੇ ਹੋ? ਉਹ ਕਹਿੰਦਾ, ਸਰਕਾਰ ਆਪਦੇ ਸਵਾਲ ਦਾ ਜਵਾਬ ਹੈ। ਕੀ ਜਵਾਬ? ਫਲਾਂ ਤਾਰੀਖ ਆਪਣੇ ਉਸ ਦਰਬਾਰ ਦੇ ਵਿੱਚ ਮੈਨੂੰ ਇੱਕ ਸਵਾਲ ਕੀਤਾ ਸੀ, ਪੀਰ ਵੱਡਾ ਹੈ ਜਾਂ ਕੀ ਯਕੀਨ ਵੱਡਾ ਹੈ? ਮੈਂ ਕਿਹਾ ਸੀ ਪੀਰ ਵੀ ਕਾਮਲ ਹੋਵੇ, ਜਿਹੜਾ ਸੁਧਾ ਇੱਕ ਯਕੀਨ ਵੀ ਪੂਰਾ ਹੋਵੇ, ਉਹਦਾ ਕਾਰਜ ਰਾਸ ਹੋਣ ਨੂੰ ਦੇਰ ਨਹੀਂ ਲੱਗਿਆ ਕਰਦੀ। ਅਗਰ ਯਕੀਨ ਪੂਰਾ ਨਹੀਂ, ਪੀਰ ਭਾਵੇਂ ਕਾਮਲ ਹੈ, ਫਿਰ ਵੀ ਕਾਰਜ ਰਾਸ ਨਹੀਂ ਹੁੰਦਾ। ਪਰ ਹਾਂ, ਅਗਰ ਯਕੀਨ ਪੂਰਾ ਹੋ ਜਾਵੇ, ਪੀਰ ਭਾਵੇਂ ਕਾਮਲ ਨਾ ਵੀ ਹੋਵੇ, ਪਰ ਉਹਦਾ ਵੀ ਕਾਰਜ ਰਾਸ ਹੋ ਸਕਦਾ ਹੈ। ਇਸ ਕਰਕੇ ਦੋਨਾਂ ਵਿੱਚੋਂ ਮੁਕਤਾ ਯਕੀਨ ਦੀ ਹੈ। ਭਾਵੇਂ ਦੋਵੇਂ ਗੱਲਾਂ ਜ਼ਰੂਰੀ ਚਾਹੀਦੀਆਂ ਹਨ। ਉਸਦਾ ਜਵਾਬ ਕੀ ਕਹਿਣ ਲੱਗਾ, ਇਹ ਜਦੋਂ ਮੱਠ ਆਇਆ ਉਹਦੇ ਵਿੱਚੋਂ ਜੁੱਤਾ ਨਿਕਲ, ਜੁੱਤੇ ਦੀ ਕੁਪਾਂਗ ਨਿਕਲੀ। ਕਹਿਣ ਲੱਗਾ, ਵਜ਼ੀਰ ਸਰਕਾਰ, ਦਰਅਸਲ ਇੱਥੇ ਕੋਈ ਪੀਰ ਨਹੀਂ ਹੋਇਆ, ਮੈਂ ਆਪਦੇ ਸਵਾਲ ਦਾ ਜਵਾਬ ਦੇਣ ਵਾਸਤੇ ਇਹ ਖੇਲ ਰਚਿਆ ਸੀ। ਆਪਣੇ ਜੁੱਤੇ ਦੀ ਕੁਪਾਂਗ ਇਹਦੇ ਵਿੱਚ ਰੱਖ ਕੇ ਮੈਂ ਮੱਠ ਬਣਵਾ ਦਿੱਤਾ ਸੀ।
ਲੋਕਾਂ ਦੀ ਡਾਉਂਡੀ ਫੇਰ ਕੇ ਕਈ ਦਫ਼ਾ ਇਸ ਗੱਲ ਨੂੰ ਪ੍ਰਗਟ ਕਰ ਦਿੱਤਾ ਸੀ। ਪੀਰ ਜੁੱਤੇ ਸ਼ਾਹ ਦੀ ਵਾਪ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ, ਲੋਕੀ ਸ਼ਰਧਾ ਨਾਲ ਆਰਾਧਦੇ, ਬਹੁਤ ਦੀਆਂ ਕਾਮਨਾਵਾਂ ਪੂਰੀਆਂ ਹੋਈਆਂ, ਆਪਦੀ ਵੀ ਕਾਮਨਾ ਪੂਰੀ ਹੋਈ ਹੈ। ਇਸ ਕਰਕੇ ਯਕੀਨ ਵੱਡੀ ਚੀਜ਼ ਹੈ, ਸ਼ਰਧਾ ਵੱਡੀ ਚੀਜ਼ ਹੈ, ਸ਼ਰਧਾ ਹਰ ਤਿੰਨਾਂ ਹਾਲਤਾਂ ਦੇ ਵਿੱਚ ਲਾਜ਼ਮੀ ਹੈ। ਤਾਂ ਤੇ ਇੱਥੇ ਗੁਰੂ ਜੀ ਕਹਿੰਦੇ ਨੇ, ਜਿਸ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨੇ ਆਵੈ ਹਰ ਪ੍ਰਭ ਜੀ। ਜਿਸਦੇ ਮਨ ਵਿੱਚ ਗੁਰੂ ਬਚਨਾਂ ਤੇ ਵਿਸ਼ਵਾਸ ਹੈ ਉਸਨੂੰ ਹੀ ਪ੍ਰਭੂ ਚਿੱਤ ਆਇਆ ਕਰਦਾ ਹੈ। ਜਿਸ ਕੇ ਮਨ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਿਸਦੇ ਮਨ ਵਿੱਚ ਗੁਰੂ ਬਚਨਾਂ ਤੇ ਵਿਸ਼ਵਾਸ ਆਇਆ ਉਸਦੇ ਚਿੱਤ ਵਿੱਚ ਹੀ ਤਤ ਗਿਆਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਕ੍ਰਿਸ਼ਨ ਜੀ ਕਹਿੰਦੇ ਨੇ, ਅਰਜਨ ਸ਼ਰਧਾਵਾਨ ਲਭਤੇ ਗਿਆਨ, ਸ਼ਰਧਾਵਾਨ ਹੀ ਗਿਆਨ ਦੀ ਪ੍ਰਾਪਤੀ ਹੈ, ਸ਼ਰਧਾਹੀਨ ਪੁਰਸ਼ ਨੂੰ ਨਹੀਂ ਹੋ ਸਕਦੀ। ਅਤੇ ਸ਼ਰਧਾ ਇਤਨਾ ਬਲਵਾਨ ਸਾਧਨ ਹੈ, ਧੰਨਾ ਅਨਪੜ੍ਹ ਸ਼ੁੱਧੀ ਪਵਿੱਤਰਤਾ ਕੁਛ ਨਾ ਜਾਣਨ ਵਾਲਾ ਇੱਕਾਂ ਦਾ ਲੜਕਾ, ਬਹੁਤ ਛੋਟੀ ਉਮਰ ਦਾ, 14-15 ਸਾਲ ਦੀ ਉਮਰ ਦਾ, ਉਹਦਾ ਤਰਲੋਚਨ ਕੋਈ ਪੂਰਨ ਪੁਰਖ ਨਹੀਂ ਸੀ, ਪਰਮ ਗਿਆਨੀ ਨਹੀਂ ਸੀ, ਸਿਰਫ ਮਾਮੂਲੀ ਕਰਮ ਕਾਂਡੀ ਜ਼ਰੂਰ ਸੀ। ਜਿਸ ਵਕਤ ਧੰਨੇ ਨੇ ਪੁੱਛਿਆ ਇਸ ਪਾਠ ਪੂਜਾ ਕਰਨ ਦਾ ਕੀ ਫਾਇਦਾ, ਉਸਨੇ ਕਿਹਾ, ਠਾਕੁਰ ਦੀ ਸੇਵਾ ਕਰੇ ਜੋ ਇੱਛੇ ਸੋਈ ਫਲ ਪਾਵੇ। ਧੰਨੇ ਦੇ ਚਿੱਤ ਵਿੱਚ ਸ਼ਰਧਾ ਫਾਈ, ਜਿਸ ਕੰਮ ਦੇ ਕੀਤੀਆਂ ਸਭ ਕੁਛ ਹੀ ਮਿਲ ਜਾਵੇ, ਇਹਦੂ ਅੱਛਾ ਕੰਮ ਹੋਰ ਕੀ ਹੋ ਸਕਦਾ ਹੈ। ਧੰਨਾ ਕਰਦਾ ਜੋਦੜੀ ਮੈਂ ਵੀ ਦੇ ਜੋ ਇੱਕ ਤੋਂ ਪਾਵੇ। ਕਹਿਣ ਲੱਗਾ, ਅਗਰ ਇਹੋ ਜਿਹੀ ਗੱਲ ਹੈ ਤਾਂ ਦਾਦਾ ਮੈਨੂੰ ਵੀ ਦੱਸ, ਮੈਂ ਵੀ ਇਉਂ ਭਜਨ ਕਰਿਆ ਕਰਾਂ ਜਿਵੇਂ ਤੂੰ ਕਰਨਾ। ਇਹ ਵਚਨ ਸੁਣ ਕੇ ਤਰਲੋਚਨ ਹੈਰਾਨ ਹੋ ਗਿਆ, ਕਿਉਂ? ਜਾਣਦਾ ਸੀ ਇੱਕ ਤਾਂ ਅਨਪੜ੍ਹ ਹੈ, ਦੂਸਰਾ ਸ਼ੁੱਧੀ ਸਿੱਖ ਪਵਿੱਤਰਾ ਕੁਛ ਵੀ ਨਹੀਂ ਜਾਣਦਾ। ਸਵੇਰੇ ਉੱਠ ਕੇ ਜਿੰਨੀ ਦੇਰ ਤੱਕ ਬਿਨਾਂ ਹੱਥ ਮੂੰਹ ਧੋਤੇ ਦੋ ਵਹੀਆਂ ਰੋਟੀਆਂ ਲੱਸੀ ਰੱਜ ਕੇ ਨਹੀਂ ਪੀ ਲੈਂਦੇ ਨੇ, ਚੈਨ ਨਹੀਂ। ਜੋ ਭਜਨ ਪਾਠ ਕਰਨਾ ਇਹ ਤੋਂ ਕੈਸੇ ਹੋ ਸਕੇਗਾ? ਮੂੰਹ ਛੋਟਾ, ਗੱਲ ਵੱਡੀ ਕਰ ਦਿੱਤੀ ਇਸਨੇ। ਇਸ ਵਾਸਤੇ, ਇਹਦੇ ਵਾਸਤੇ ਤਾਂ ਪਹਿਲੇ ਕਹਿਣ ਲੱਗਾ, ਧੰਨਿਆ ਬਹੁਤ ਸਵਖਤੇ ਜਾਗਣਾ ਪੈਂਦਾ ਹੈ, ਉੱਠ ਕੇ ਸੌਜਦਾਤਨ ਕੁਰਲਾ ਕਰਕੇ ਇਸ਼ਨਾਨ ਕਰਨਾ ਪੈਂਦਾ ਹੈ, ਇਸ਼ਨਾਨ ਤੋਂ ਬਾਅਦ ਸ਼ੁੱਧੀ ਕਰਕੇ ਫਿਰ ਬੈਠ ਕੇ ਭਜਨ ਕਰਨਾ ਪੈਂਦਾ ਹੈ, ਉਸ ਤੋਂ ਬਾਅਦ ਜੋ ਕੁਛ ਖਾਣਾ ਹੋਵੇ ਆਪਣੇ ਭਗਵਾਨ ਨੂੰ ਛਕਾ ਕੇ ਫਿਰ ਛਕੀਂਦਾ ਹੈ, ਫਿਰ ਕੰਮ ਕਾਰ ਲੱਗਣਾ ਪੈਂਦਾ ਹੈ। ਇਉਂ ਇੰਨੀਆਂ ਗੱਲਾਂ ਤੇਤੋਂ ਹੋ ਨਹੀਂ ਆਉਣੀਆਂ, ਕਿਉਂਕਿ ਤੂੰ ਜੱਟਾਂ ਦਾ ਅਨਪੜ੍ਹ ਮੁੰਡਾ ਹੈ, ਸ਼ੁੱਧੀ ਪਵਿੱਤਰਤਾ ਕੁਛ ਵੀ ਨਹੀਂ ਜਾਣਦਾ, ਇਸ ਕਰਕੇ ਤੇਤੋਂ ਪਾਠ ਪੂਜਾ ਨਹੀਂ ਹੋ ਸਕਣਾ। ਜਦੋਂ ਇੰਨੀ ਗੱਲ ਤਰਲੋਚਨ ਨੇ ਧੰਨੇ ਨੂੰ ਕਹੀ, ਧੰਨੇ ਨੂੰ ਬੜੀ ਸੱਟ ਵੱਜੀ, ਉਹਨੂੰ ਬੜਾ ਦੁੱਖ ਹੋਇਆ। ਫਿਰ ਕਹਿਣ ਲੱਗਾ, ਜਿਹੜਾ ਕੰਮ ਤੁਸੀਂ ਕਰ ਸਕਦੇ ਹੋ ਕੀ ਮੈਂ ਨਹੀਂ ਕਰ ਸਕਦਾ? ਸਵੇਰੇ ਸਵਖਤੇ ਉੱਠਣਾ ਕੀ ਵੱਡੀ ਗੱਲ ਹੈ? ਉੱਠ ਕੇ ਦਾਤਨ ਕੁਰਲਾ ਕਰਕੇ ਇਸ਼ਨਾਨ ਕਰਨਾ ਕੀ ਔਖੀ ਗੱਲ? ਜੇ ਤੁਸੀਂ ਕਰਦੇ ਮੈਂ ਵੀ ਕਰ ਸਕਦਾ। ਬੈਠ ਕੇ ਭਜਨ ਪਾਠ ਕਰਨਾ ਮਾਲਾ ਦੇ ਨਾਲ, ਮੈਂ ਵੀ ਕਰ ਸਕਦਾ। ਜਿਵੇਂ ਤੁਸੀਂ ਚੁਕਾਉਂਦੇ ਹੋ ਭਗਵਾਨ ਨੂੰ ਜੋ ਕੁਛ ਚੁਕਾਉਂਦੇ ਹੋ, ਮੈਂ ਵੀ ਚੁਕਾ ਸਕਦਾ, ਮੈਨੂੰ ਦੱਸੋ ਤਾਂ ਸਹੀ, ਜਿਵੇਂ ਦੱਸੋਗੇ ਉਵੇਂ ਕਰਾਂਗਾ, ਉਹਦੇ ਵਿੱਚ ਰੰਚਕ ਮਾਤਰ ਸਤਨੇ ਆਉਣ ਦਿਆਂਗਾ। ਇਸ ਕਰਕੇ ਮੈਨੂੰ ਕਿਰਪਾ ਕਰਕੇ ਦੱਸੋ, ਮੈਂ ਵੀ ਪਰਮੇਸ਼ਰ ਦਾ ਭਜਨ ਕਰਾਂ, ਮੇਰੇ ਚਿੱਤ ਵਿੱਚ ਵੀ ਇਹ ਸ਼ੌਕ ਹੈ, ਲਗਨ ਹੈ। ਜਦੋਂ ਧੰਨੇ ਨੇ ਵਿਸ਼ਵਾਸ ਦਵਾਇਆ ਤਰਲੋਚਨ ਨੂੰ, ਕੀ ਕੀਤਾ, ਪੱਥਰ ਇੱਕ ਲਪੇਟ ਕੇ ਦੇ ਧੰਨੇ ਨੂੰ ਗੈਲ ਛੁਡਾਇਆ। ਹਾਲਾਂਕਿ ਕਾਲੇ ਰੰਗ ਦਾ ਸ਼ਾਲਗ੍ਰਾਮ ਵੈਸ਼ਨੋ ਮੱਤ ਦੇ ਵਿੱਚ ਉਸਨੂੰ ਵਿਸ਼ਨ ਭਗਵਾਨ ਮੰਨ ਕੇ ਉਸ ਰਾਹੀਂ ਨਿਰਗੁਣ ਬ੍ਰਹਮ ਦੀ ਪ੍ਰਾਪਤੀ ਦਾ ਉਪਾਅ ਕਰਦੇ ਨੇ ਉਹ ਲੋਕ। ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਕੇ ਸਾਕਸ਼ਾਤ ਦਸਾਂ ਗੁਰੂਆਂ ਦਾ ਸਰੂਪ ਜਾਣ ਕੇ, ਸਾਕਸ਼ਾਤ ਪਰਮੇਸ਼ਰ ਜਾਣ ਕੇ ਉਸੀ ਭਾਵਨਾ ਨਾਲ ਨਮਸਕਾਰਾਂ ਕਰਦੇ ਹਾਂ, ਉਸੀ ਭਾਵਨਾ ਨਾਲ ਧੂਪ ਦੀਪ ਚਮਰ ਕਰਦੇ ਹਾਂ, ਉਸੀ ਭਾਵਨਾ ਦੇ ਨਾਲ ਅਰਦਾਸਾਂ ਕਰਦੇ ਹਾਂ, ਇਸੀ ਭਾਵਨਾ ਨਾਲ ਭੋਗ ਲਗਾਉਂਦੇ ਹਾਂ, ਇਸੀ ਤਰ੍ਹਾਂ ਹੀ ਉਹ ਵੀ ਕਰਦੇ ਹੈ। ਸੋ ਧੰਨੇ ਨੂੰ ਪੱਥਰ ਇੱਕ ਲਪੇਟ ਕੇ ਦੇ ਧੰਨੇ ਨੂੰ ਗੈਲ ਛੁਡਾ। ਉਹਨੇ ਜਾਣਿਆ ਵੀ ਇਹ ਮੋਟੀ ਮੱਤ ਦਾ ਬੰਦਾ ਹੈ, ਇਹਨੂੰ ਵੱਡਾ ਸਾਰਾ ਪੱਥਰ ਦਿੱਤਾ ਜਾਵੇ ਤਾਂ ਇਸ ਦਾ ਮਨ ਠਹਿਰੇਗਾ, ਜਿੰਨੀ ਮੋਟੀ ਮੱਤ ਉਨੀ ਮੋਟੀ ਚੀਜ਼ ਤੇ ਉਹਦੀ ਬੁੱਧ ਠਹਿਰਿਆ ਕਰਦੀ ਹੈ। ਇਸ ਕਰਕੇ ਪੱਥਰ ਇੱਕ ਲਪੇਟ ਕੇ ਦੇ ਧੰਨੇ ਨੂੰ ਗੈਲ ਛੁਡਾ।
ਨਾਲ ਦੀ ਨਾਲ ਇਹ ਵੀ ਕਹਿੰਦੇ ਧੰਨਿਆ ਇਸ ਵਕਤ ਉੱਠਿਆ ਕਰ। ਵੱਡੀ ਰਾਤ ਉੱਠ ਕੇ ਬ੍ਰਹਮ ਮੁਹੂਰਤ ਦੇ ਵਿੱਚ ਸੋਚ ਦਾਤਨ ਕੁਰਲਾ ਕਰਕੇ ਇਸ਼ਨਾਨ ਕਰਿਆ ਕਰ। ਇਸ਼ਨਾਨ ਤੋਂ ਬਾਅਦ ਬੈਠ ਕੇ ਇਹਨੂੰ ਸਾਹਮਣੇ ਰੱਖ ਕੇ ਸਾਕਸ਼ਾਤ ਭਗਵਾਨ ਜਾਣੀ, ਇਸਨੂੰ ਪੁੱਤਰ ਨਾ ਸਮਝੀ ਭਗਵਾਨ ਜਾਣੀ। ਸੋ ਬੈਠ ਕੇ ਆ ਮਾਲਾ ਲੈ, ਇਹਦੇ ਨਾਲ ਇਹਦੇ ਧਿਆਨ ਵਿੱਚ ਭਜਨ ਕਰਿਆ ਕਰ। ਫਿਰ ਜੋ ਕੁਛ ਛਕੇ ਕੰਮ ਕਾਰ ਲੱਗਣ ਤੇ ਪਹਿਲੇ ਇਹਨਾਂ ਨੂੰ ਛਕਾ ਲਿਆ ਕਰੀ, ਫਿਰ ਆਪ ਛਕੀ, ਫਿਰ ਕੰਮ ਕਾਰ ਲੱਗੀ। ਇਉਂ ਰੋਜ਼ ਕਰਿਆ ਕਰੀ, ਇਹ ਤੇਰੇ ਵਾਸਤੇ ਰਾਇਤ ਹੈ। ਇਹ ਵਚਨ ਸੁਣ ਕੇ ਧੰਨਾ ਬੜਾ ਖੁਸ਼ ਹੋਇਆ। ਧੰਨੇ ਨੇ ਲਿਆ ਕੇ ਆਪਣੇ ਆਲੇ ਵਿੱਚ ਰੱਖ ਦਿੱਤਾ। ਉਹਦੇ ਚਿੱਤ ਵਿੱਚ ਕਿੰਤੂ ਨਹੀਂ, ਉਹਦੇ ਚਿੱਤ ਵਿੱਚ ਇਹ ਨਹੀਂ ਇਹ ਪੱਥਰ ਹੈ, ਨਹੀਂ ਉਹਦੇ ਚਿੱਤ ਵਿੱਚ ਦ੍ਰਿੜ ਵਿਸ਼ਵਾਸ ਹੈ ਵੀ ਸਾਕਸ਼ਾਤ ਭਗਵਾਨ। ਵਿਸ਼ਵਾਸ ਨੂੰ ਹੀ ਫਲ ਲੱਗਣਾ ਹੋਇਆ, ਭਗਵਾਨ ਸਾਰੇ ਹੀ ਸਾਸਨ ਕਿੱਥੇ ਨਹੀਂ ਹੈ, ਵਾਹਿਗੁਰੂ ਕਿੱਥੇ ਨਹੀਂ ਹੈ, ਵਾਹਿਗੁਰੂ ਸਾਰੇ ਪਰਿਪੂਰਨ ਹੈ, ਹਰ ਵਸਤੂ ਦੇ ਅੰਦਰ ਬਾਹਰ ਹੈ। ਪਰ ਉਹ ਦੀਂਦਾ ਨਹੀਂ, ਉਸਨੂੰ ਦੇਖਣ ਵਾਸਤੇ ਸਾਕਾਰ ਦੀ ਰਾਹੀਂ ਉਪਰਾਲਾ ਕੀਤਾ ਜਾਂਦਾ ਹੈ, ਸਰਗੁਣ ਦੀ ਰਾਹੀਂ ਨਿਰਗੁਣ ਦਾ ਦੀਦਾਰ ਹੁੰਦਾ ਹੈ। ਜਦੋਂ ਉਹਦਾ ਦੀਦਾਰ ਹੋ ਜਾਏ ਫਿਰ ਇਹਦੇ ਕਾਰਜ ਰਾਸਨ ਪਹਿਲੇ ਪਹਿਲ ਸਾਕਾਰ ਰਾਹੀਂ ਪੂਜਾ ਕੀਤੀ ਜਾਂਦੀ ਹੈ। ਇੱਕ ਦਫ਼ਾ ਸ਼ਿਵ ਜੀ ਅੱਧੀ ਰਾਤ ਦੇ ਵੇਲੇ ਆਪਣੇ ਗਣਾਂ ਦੇ ਸਮੇਤ ਸਮੇਰ ਪਰਬਤ ਤੇ ਜਿੱਥੇ ਵਸ਼ਿਸ਼ ਜੀ ਆਪਣੇ ਸ਼ਿਵ ਸਮੁਦਾਇ ਦੇ ਸਮੇਤ ਤਪੱਸਿਆ ਕਰਦੇ ਸਨ ਉੱਥੇ ਆ ਪਹੁੰਚੇ। ਇਹਨਾਂ ਨੇ ਉੱਠ ਕੇ ਜਿਥਾ ਜੋ ਸਤਿਕਾਰ ਪੂਜਨ ਕੀਤਾ ਜੈਸਾ ਬਜ਼ੁਰਗਾਂ ਦਾ ਕਰਨਾ ਬਣਦਾ ਹੈ। ਸੋ ਉਹਨਾਂ ਨੇ ਵੀ ਕੁਸ਼ਲ ਖੇਮ ਆਦਿ ਪੁੱਛਿਆ, ਆਪਣੇ ਉੱਪਰ ਪ੍ਰਸੰਨ ਜਾਣ ਕੇ ਸ਼ਿਵਾਂ ਨੂੰ ਵਸ਼ਿਸ਼ ਜੀ ਨੇ ਇੱਕ ਸਵਾਲ ਕੀਤਾ। ਕਹਿਣ ਲੱਗਾ ਮਹਾਰਾਜ, ਉਹ ਚੇਤਨ ਤੱਤ ਪਰਮਾਤਮਾ ਜਿਸਦੇ ਮਤਮਤੰਤਰਾਂ ਵਾਲਿਆਂ ਨੇ ਅਨੇਕਾਂ ਨਾਮ ਰੱਖੇ ਹਨ, ਵਾਸਤਵਿਕ ਨਾਮ ਠਾਮ ਨਾ ਜਾਤ ਤੰਗ ਰੂਪ ਰੰਗ ਨਾ ਰਹੇ, ਉਹ ਕਿਹੋ ਜਿਹਾ ਹੈ, ਕਿਰਪਾ ਕਰਕੇ ਦੱਸੋ ਤੇ ਉਸਦੀ ਪੂਜਾ ਕਿਵੇਂ ਕੀਤੀ ਜਾਂਦੀ ਹੈ। ਇਹ ਵਚਨ ਸੁਣ ਕੇ ਵਸ਼ਿਸ਼ ਜੀ ਦਾ ਸ਼ਿਵ ਜੀ ਕਹਿਣ ਲੱਗੇ, ਇਹ ਵਸ਼ਿਸ਼ ਜੀ ਉਹ ਚੇਤਨ ਤੱਤ ਪਰਮਾਤਮਾ ਜਿਹਦੇ ਮੇਰੇ ਵਰਗੇ ਕਰੋੜਾਂ ਗੋਲੇ ਹਨ, ਉਹ ਕਿਉਂ ਕਰੋੜਾਂ ਬ੍ਰਹਮੰਡ ਹਨ, ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਹੈ। ਕਰੋੜਾਂ ਬ੍ਰਹਮੰਡ ਹਨ, ਕਰੋੜਾਂ ਬ੍ਰਹਮੰਡਾਂ ਦੇ ਕਰੋੜਾਂ ਇਸ਼ੀ ਬ੍ਰਹਮਾ ਵਿਸ਼ਨੂੰ ਕੁਰਕੁਤ ਪਾਲਣਾ ਸ਼ਿੰਗਾਰ ਕਰਨ ਵਾਲੇ ਹਨ। ਜਿਵੇਂ ਜਿਤਨੇ ਸਾਡੇ ਭਾਰਤ ਦੇ ਸੂਬੇ ਹਨ ਉਤਨੇ ਹੀ ਸੂਬਿਆਂ ਦੇ ਪ੍ਰਾਈਮ ਮਿਨਿਸਟਰ, ਫੋਰਨ ਮਿਨਿਸਟਰ ਆਦਿ ਹਨ। ਇਸੀ ਤਰ੍ਹਾਂ ਹੀ ਸਮਝ ਲਓ ਅਕਾਲ ਪੁਰਖ ਸਭ ਦਾ ਕੇਂਦਰ ਹੈ। ਅਕਾਲ ਪੁਰਖ ਕੀ ਦੇਵ ਕੋਟਕ ਵਿਸ਼ਨੂੰ ਮਹੇਸ਼, ਕੋਟ ਇੰਦਰ ਬ੍ਰਹਮਾ ਕੋਟ ਜਲੇਸ਼। ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਸ਼ਿਵਾ ਨੇ ਇਹ ਬਚਨ ਕਿਹਾ ਸੀ, ਉਹ ਚੇਤਨ ਤੱਤ ਪਰਮਾਤਮਾ ਜਿਹਦੇ ਮੇਰੇ ਜੈਸੇ ਕਰੋੜਾਂ ਗੋਲੇ ਹਨ, ਸੋ ਉਹ ਆਕਾਸ਼ ਦੇ ਮੁਕਾਬਲੇ ਦੇ ਵਿੱਚ ਇਤਨਾ ਸੂਕਸ਼ਮ ਹੈ ਜਿਵੇਂ ਸੁਮੇਰ ਪਰਬ ਦੇ ਮੁਕਾਬਲੇ ਵਿੱਚ ਰਾਈ ਦਾ ਦਾਣਾ ਹੋਵੇ। ਨਿਰਗੁਣ ਦੀ ਬਾਬਤ ਦੱਸ ਰਹੇ ਹਨ, ਦੁਨੀਆ ਪੰਜਾਂ ਤੱਤਾਂ ਦੀ ਬਣੀ ਹੋਈ ਹੈ, ਠੋਸ ਹੈ ਜਿਸਨੂੰ ਮੈਟਰ ਕਿਹਾ ਜਾਂਦਾ ਹੈ, ਜੜ ਹੈ। ਸਭ ਤੋਂ ਪਹਿਲੇ ਮਿੱਟੀ ਹੈ, ਮਿੱਟੀ ਤੇ ਕਈ ਗੁਣਾ ਜ਼ਿਆਦਾ ਸੂਕਸ਼ਮ ਪਾਣੀ ਹੈ, ਸਾਇੰਸ ਨੇ ਵੀ ਸਿੱਧ ਕੀਤਾ 10 ਗੁਣਾ ਪਾਣੀ ਹੈ। ਪਾਣੀ ਤੋਂ ਬੇਅੰਤ ਗੁਣਾ ਜ਼ਿਆਦਾ ਸੂਕਸ਼ਮ ਅੱਗ ਹੈ, ਪਾਣੀ ਵਿੱਚ ਰਹਿੰਦੀ ਹੈ, ਸਾਰੇ ਉਹਦਾ ਵਾਸਾ ਹੈ, ਸਾਡੇ ਅੰਦਰ ਵੀ ਹੈ। ਸੋ ਅੱਗ ਤੋਂ ਕਈ ਗੁਣਾ ਜ਼ਿਆਦਾ ਸੂਕਸ਼ਮ ਹਵਾ ਹੈ, ਹਵਾ ਤੋਂ ਬੇਅੰਤ ਗੁਣਾ ਸੂਕਸ਼ਮ ਆਕਾਸ਼ ਹੈ। ਸੋ ਇਹ ਤਿੰਨ ਤੱਤ ਮਿੱਟੀ ਪਾਣੀ ਅੱਗ ਇਹਨਾਂ ਅਸਥੂਲ ਅੱਖਾਂ ਨਾਲ ਉੱਪਰਲੀਆਂ ਅੱਖਾਂ ਨਾਲ ਦੀਂਹਦੇ ਹਨ, ਪਰ ਹਵਾ ਔਰ ਆਕਾਸ਼ ਇਹਨਾਂ ਅੱਖਾਂ ਨਾਲ ਨਹੀਂ ਦੀਂਹਦੇ, ਕਿਉਂ ਅਸੀਂ ਹਵਾ ਨੂੰ ਨਹੀਂ ਦੇਖ ਸਕਦੇ ਇਹਨਾਂ ਅਸਥੂਲ ਅੱਖਾਂ ਨਾਲ, ਨਾ ਹੀ ਅਸੀਂ ਆਕਾਸ਼ ਨੂੰ ਦੇਖ ਸਕਦੇ, ਆਕਾਸ਼ ਕਿਉਂਕਿ ਗੈਪ ਜਿਹਦੇ ਵਿੱਚ ਹਵਾ ਫਿਰਦੀ ਹੈ। ਜਦੋਂ ਸਾਨੂੰ ਹਵਾ ਨਹੀਂ ਇਹਨਾਂ ਅੱਖਾਂ ਨਾਲ ਦੀਂਹਦੀ ਔਰ ਆਕਾਸ਼ ਨਹੀਂ ਦੀਂਹਦਾ, ਆਕਾਸ਼ ਦੇ ਮੁਕਾਬਲੇ ਵਿੱਚੋਂ ਚੇਤਨ ਤੱਤ ਪਰਮਾਤਮਾ ਕਹਿੰਦੇ ਨੇ ਇਹੋ ਇਤਨਾ ਬਰੀਕ ਹੈ, ਇਤਨਾ ਸੂਕਸ਼ਮ ਹੈ ਜਿਵੇਂ ਸੁਮੇਰ ਪਰਬ ਦੇ ਮੁਕਾਬਲੇ ਵਿੱਚ ਰਾਈ ਦਾ ਦਾਣਾ ਹੋਵੇ। ਇਹ ਰੇਸ਼ੋ ਸਮਝਾਉਣ ਵਾਸਤੇ ਕਹਿੰਦੇ ਆਕਾਸ਼ ਵੀ ਉਹਦੇ ਮੁਕਾਬਲੇ ਵਿੱਚ ਇਤਨਾ ਅਸਥੂਲ ਹੈ ਜਿਵੇਂ ਰਾਈ ਦੇ ਮੁਕਾਬਲੇ ਦੇ ਵਿੱਚ ਸੁਮੇਰ ਪਰਬਤ ਹੋਵੇ।
ਸੋ ਜਦੋਂ ਸਾਨੂੰ ਆਕਾਸ਼ ਨਹੀਂ ਦਿਖਦਾ ਇਹਨਾਂ ਅਸਥੂ ਲੱਖਾਂ ਨਾਲ, ਉਹਨੂੰ ਇਹਨਾਂ ਅਸਥੂ ਲੱਖਾਂ ਨਾਲ ਅਸੀਂ ਕਿਵੇਂ ਦੇਖ ਸਕਾਂਗੇ? ਉਹਦੇ ਦੇਖਣ ਵਾਸਤੇ ਵੀ ਛੇ ਅੱਖੜੀਆਂ ਦਿਨ ਜਿਹਨਾਂ ਦਿਸਣ ਤੋਂ ਮਾਫ਼ੀ, ਉਹ ਅੱਖਾਂ ਹੋਰ ਹਨ ਜਿਹਨਾਂ ਨਾਲ ਉਸ ਵਾਹਿਗੁਰੂ ਦਾ ਦੀਦਾਰ ਹੋਣਾ, ਅਕਾਲ ਪੁਰਖ ਦਾ ਦੀਦਾਰ ਹੋਣਾ। ਉਹ ਦਿਵ ਦਿਸ਼ਟ ਹੈ, ਉਹ ਬ੍ਰਹਮ ਦਿਸ਼ਟ ਹੈ, ਉਹ ਆਤਮ ਦਿਸ਼ਟ ਹੈ। ਭਜਨ ਕਰਦਿਆਂ 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 ਉਹ ਅੱਖ ਖੁੱਲੇਗੀ, ਅਜੇ ਉਹ ਅੱਖ ਬੰਦ ਆ, ਉਹਦੇ ਵਿੱਚ ਮੋਤੀਆ ਉਤਰਿਆ ਹੋਇਆ ਹੈ, ਵਿਦਿਆ ਰੂਪੀ ਮੋਤੀ ਹੈ ਉਸਦੇ ਵਿੱਚ ਉਤਰਿਆ ਹੋਣ ਕਰਕੇ ਉਹ ਅੱਖ ਬੰਦ ਹੈ। ਜਿਵੇਂ ਜਿਸ ਦੀਆਂ ਅੱਖਾਂ ਦੇ ਵਿੱਚ ਮੋਤੀਆ ਉਤਰਿਆ ਹੋਵੇ, ਉਹਨੂੰ ਦੁਨੀਆਂ ਦੇ ਪਦਾਰਥ ਹੋਣ ਦੇ ਬਾਵਜੂਦ ਵੀ ਨਜ਼ਰ ਨਹੀਂ ਆਇਆ ਕਰਦੇ। ਇਸੇ ਤਰ੍ਹਾਂ ਜਿਹਦੀਆਂ ਅੱਖਾਂ ਦੇ ਵਿੱਚ ਵਿਦਿਆ ਰੂਪੀ ਮੋਤੀਆ ਉਤਰਿਆ ਹੋਇਆ ਹੈ, ਉਹਨੂੰ ਆ ਨਿਰਗੁਣ ਬ੍ਰਹਮ ਕੈਸੇ ਦਿਖ ਸਕੇ? ਇਉਂ ਹੌਲੀ ਹੌਲੀ ਭਜਨ ਕਰਦੇ ਕਰਦੇ ਉਹ ਮੋਤੀਆ ਦੂਰ ਹੁੰਦਾ ਹੈ, ਫਿਰ ਉਸ ਵਾਹਿਗੁਰੂ ਦਾ ਦੀਦਾਰ ਹੁੰਦਾ ਹੈ। ਭਗਤ ਨਾਮਦੇਵ ਨੂੰ 72 ਦਫ਼ਾ ਪਰਮੇਸ਼ੁਰ ਦੇ ਸਾਕਾਰ ਰੂਪ ਦੇ ਵਿੱਚ ਦਰਸ਼ਨ ਹੋ ਚੁੱਕੇ। ਸੋ ਇੱਕ ਦਿਨ ਬਹੁਤ ਸਾਰੇ ਸੰਤ ਇਕੱਠੇ ਬੈਠੇ ਹਨ, ਜਿਨ੍ਹਾਂ ਦੇ ਵਿੱਚ ਨਾਮਦੇਵ ਵੀ ਹੈ। ਇੱਕ ਕੁਮਾਰ ਜਾਤੀ ਦਾ ਸੰਤ ਸੀ, ਸੋ ਉਸਨੂੰ ਦੂਸਰੇ ਸੰਤ ਨੇ ਕਿਹਾ, ਦੇਖ ਬਈ ਇਹਨਾਂ ਚੋਂ ਕਿਹੜਾ ਕੱਚਾ ਕਿਹੜਾ ਪੱਕਾ। ਉਸਨੇ ਸਭ ਦੇ ਸਿਰਾਂ ਵਿੱਚ ਠੋਲੇ ਮਾਰਨੇ ਸ਼ੁਰੂ ਕਰ ਦਿੱਤੇ, ਇਹ ਵੀ ਪੱਕਾ ਇਹ ਵੀ ਪੱਕਾ, ਪਰ ਨਾਮਦੇਵ ਦੇ ਸਿਰ ਵਿੱਚ ਠੋਲਾ ਮਾਰ ਕੇ ਕਹਿਣਗੇ ਇਹ ਕੱਚਾ। ਇਹ ਗੱਲ ਸੁਣ ਕੇ ਨਾਮਦੇਵ ਨੂੰ ਬੜਾ ਦੁੱਖ ਹੋਇਆ। ਸੋਚਦਾ ਹੈ, ਜਦ ਵੀ ਮੈਂ ਭਗਵਾਨ ਨੂੰ ਯਾਦ ਕਰਦਾ ਹਾਂ ਮੈਨੂੰ ਉਹਦਾ ਦੀਦਾਰ ਹੋ ਜਾਂਦਾ ਹੈ, ਪ੍ਰਗਟ ਹੋ ਜਾਂਦੇ ਹਨ। ਸੋ ਮੈਨੂੰ ਕੱਚਾ ਕਹਿ ਦਿੱਤਾ, ਆਸ਼ਚਰਜ ਬਾਤ ਹੈ। ਅੱਜ ਨਾਮਦੇਵ ਨੇ ਇਕਾਂਤ ਬੈਠ ਕੇ ਆਪਣੇ ਬਿਸ਼ੂ ਨੂੰ ਯਾਦ ਕੀਤਾ, ਭਗਵਾਨ ਪ੍ਰਗਟ ਹੋਏ। ਪੁੱਛਣ ਲੱਗਿਆ ਭਗਵਾਨ ਨੂੰ, ਮਹਾਰਾਜ ਭਗਵਾਨ ਨੇ ਨਾਮਦੇਵ ਨੂੰ ਪੁੱਛਿਆ, ਨਾਮਦੇਵ ਮੈਨੂੰ ਕਿਵੇਂ ਯਾਦ ਕੀਤਾ ਹੈ? ਨਾਮਦੇਵ ਕਹਿਣ ਲੱਗਾ, ਕੱਲ੍ਹ ਸਾਰੇ ਸੰਤ ਇਕੱਠੇ ਹੋਏ ਸਨ, ਹੋਰ ਸਾਰਿਆਂ ਨੂੰ ਪੱਕਾ ਕਿਹਾ, ਮੈਨੂੰ ਕੱਚਾ ਕਿਹਾ। ਹਾਲਾਂਕਿ ਜਦ ਵੀ ਯਾਦ ਕਰਦਾ ਉਦੋਂ ਆਪ ਮੈਨੂੰ ਦਰਸ਼ਨ ਦੇ ਦਿੰਦੇ, ਇਹ ਕਿਰਪਾ ਕਰਕੇ ਦੱਸੋ ਮੈਨੂੰ ਕੱਚਾ ਕਿਉਂ ਕਿਹਾ? ਇਹ ਬਚਨ ਸੁਣ ਕੇ ਭਗਵਾਨ ਕਹਿੰਦਾ, ਇਹ ਬਚਨ ਮੈਂ ਨਹੀਂ ਤੈਨੂੰ ਦੱਸਦਾ, ਜੇ ਮੈਂ ਇਹ ਬਚਨ ਦੱਸ ਦਿੱਤਾ ਨਾ ਮੈਂ ਰਹਾਂ ਨਾ ਤੂੰ ਰਹੇ ਨਾ ਤਰਲੋਕੀ ਰਹੇ। ਇਹੋ ਜਿਹੀ ਗੱਲ ਹੈ, ਫਲਾਣੇ ਸੰਤ ਕੋਲੇ ਜਾ। ਇਹ ਬਚਨ ਸੁਣ ਕੇ ਨਾਮਦੇਵ ਕਹਿੰਦਾ, ਮੈਨੂੰ ਹੋਰ ਥਾਂ ਭੇਜ ਦਿਓ, ਆਪ ਹੀ ਕਿਰਪਾ ਕਰਕੇ ਦੱਸੋ, ਦੱਸ ਦਿਓ ਜੋ ਕੁਛ ਗੱਲ ਹੈ। ਭਗਵਾਨ ਕਹਿੰਦਾ, ਨਹੀਂ ਮੈਂ ਨਹੀਂ ਇਹ ਗੱਲ ਦੱਸਦਾ, ਹੈ ਨਾਮਦੇਵ ਜਿੱਥੇ ਦੱਸਿਆ ਉੱਥੇ ਗਿਆ, ਕੀ ਦੇਖਦਾ ਹੈ? ਉਹ ਸੰਤ ਸ਼ਾਲਗ੍ਰਾਮ 'ਤੇ ਪੈਰ ਰੱਖੀ ਬੈਠਾ। ਨਾਮਦੇਵ ਦੂਰੋਂ ਦੇਖ ਕੇ ਘਬਰਾ ਗਿਆ, ਕਿਉਂ? ਕਹਿੰਦਾ, ਉਹ ਇਹ ਤਾਂ ਭਗਵਾਨ 'ਤੇ ਪੈਰ ਰੱਖੀ ਬੈਠਾ ਹੋਇਆ ਹੈ, ਮੈਨੂੰ ਕਿੱਥੇ ਭੇਜ ਦਿੱਤਾ? ਭਗਵਾਨ ਨੇ ਮੇਰੇ ਨੂੰ ਮਖੌਲ ਕੀਤਾ ਹੈ। ਉੱਥੋਂ ਪਿੱਛੇ ਨੂੰ ਮੂੰਹ ਮੋੜਿਆ, ਜਿਸ ਵਕਤ ਪਿੱਛੇ ਨੂੰ ਮੂੰਹ ਮੋੜਿਆ, ਉਹ ਸੰਤ ਨੇ ਆਵਾਜ਼ ਦਿੱਤੀ, ਆ ਜਾ ਕਹਿੰਦੇ ਤੈਨੂੰ ਬਿਠਲ ਨੇ ਭੇਜਿਆ, ਭਗਵਾਨ ਨੇ ਭੇਜਿਆ। ਇਹ ਗੱਲ ਸੁਣ ਕੇ ਨਾਮਦੇਵ ਹੈਰਾਨ ਹੋ ਗਿਆ, ਆ ਗਿਆ। ਕਹਿਣ ਲੱਗਾ, ਕੀ ਗੱਲ, ਮੁੜ ਚੱਲਿਆ ਸੀ? ਕਹਿੰਦਾ, ਭੇਜਿਆ ਤਾਂ ਭਗਵਾਨ ਨੇ, ਮੁੜ ਮੈਂ ਤਾਂ ਚੱਲਿਆ ਸੀ, ਤੂੰ ਤਾਂ ਭਗਵਾਨ 'ਤੇ ਪੈਰ ਰੱਖੀ ਬੈਠੇ। ਉਹ ਕਹਿੰਦਾ, ਜਿੱਥੇ ਨਹੀਂ ਭਗਵਾਨ ਮੇਰੇ ਪੈਰ ਉੱਥੇ ਰੱਖ ਦੇ, ਰੱਖੀ ਉੱਥੇ ਜਿੱਥੇ ਭਗਵਾਨ ਨਾ ਹੋਵੇ, ਜਿੱਥੇ ਭਗਵਾਨ ਹੋਇਆ ਅਗਰ ਉੱਥੇ ਰੱਖੇ, ਖਿਆਲ ਰੱਖੀ ਫਿਰ। ਨਾਮਦੇਵ ਸੋਚੀ ਪੈ ਗਿਆ। ਉਹ ਸੰਤ ਕਹਿਣ ਲੱਗਾ, ਨਾਮਦੇਵ ਤਦੇ ਤੈਨੂੰ ਕੱਚਾ ਕਿਹਾ ਸੀ, ਰੱਬ ਨੂੰ ਤੂੰ ਇੱਕ ਦੇਸ਼ੀ ਮੰਨਦਾ ਹੈ, ਰੱਬ ਤਾਂ ਪਰਿਪੂਰਨ ਹੈ, ਆਦਪੂਰਨ ਮਹੱਤਪੂਰਨ ਅੰਤਪੂਰਨ ਪਰਮੇਸ਼ਰ ਹੈ, ਯਾਨੀ ਸਾਰੇ ਪਰਿਪੂਰਨ ਹੈ। ਪਹਿਲੀ ਅਲਪ ਦ੍ਰਿਸ਼ਟੀ ਹੈ, ਦੂਸਰੀ ਮਹੱਤ ਦ੍ਰਿਸ਼ਟੀ ਹੈ, ਜਗਿਆਸੂ ਦੀ ਦ੍ਰਿਸ਼ਟੀ ਜਿਸਨੇ ਪ੍ਰਾਪਤ ਕਰਨਾ ਹੈ ਪਰਮਾਤਮਾ ਨੂੰ, ਜਗਿਆਸੂ ਕਹਿੰਦੇ। ਹੋਰ ਕੋਈ ਚਿੱਤਾ ਚਿੱਤ ਵਿੱਚ ਇੱਛਾ ਨਾ ਹੋਵੇ, ਕੇਵਲ ਪ੍ਰਭੂ ਪ੍ਰਾਪਤੀ ਦੀ ਹੀ ਇੱਛਾ ਹੋਵੇ। ਉਸਦਾ ਨਾਮ ਜਗਿਆਸੂ ਹੈ, ਮਮੁਕਸ਼ੂ ਹੈ, ਜਾਂ ਤਾਲਬ ਹੈ, ਜਾਂ ਸਿੱਖ ਹੈ। ਸੋ ਉਹਦੀ ਅਲਪ ਦ੍ਰਿਸ਼ਟੀ ਹੁੰਦੀ ਹੈ, ਉਹ ਸਾਕਾਰ ਦੀ ਪੂਜਾ ਵਿੱਚ ਪ੍ਰਵਿਰਤੀ ਹੁੰਦੀ ਹੈ ਉਸਦੀ। ਅਤੇ ਬਾਕੀ ਜੋ ਪੂਰਨ ਪੁਰਖ ਹੈ, ਜਿਸਦੀ ਬੁੱਧ ਰੂਪੀ ਅੱਖ, ਜਿਸਦੀ ਬ੍ਰਹਮ ਦ੍ਰਿਸ਼ਟੀ ਖੁੱਲ ਚੁੱਕੀ ਹੈ, ਉਹ ਸਾਰੇ ਪਰਿਪੂਰਨ ਪਰਮਾਤਮਾ ਨੂੰ ਦੇਖਦਾ, ਉਹ ਸਾਰੇ ਨਿਰਗੁਣ ਬ੍ਰਹਮ ਵਿਆਪਕ ਹੈ, ਸਭ ਦੇ ਅੰਦਰ ਬਾਹਰ ਵਿਆਪਕ ਹੈ। ਜਿਵੇਂ ਸਗਲ ਕਾਸ਼ਟ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀ। ਦੁੱਧ ਵਿੱਚ ਘਿਓ ਹੈ, ਕਾਠ ਵਿੱਚ ਅੱਗ ਹੈ, ਬੀਵੀ ਨਹੀਂ,
ਪਰ ਜਿਸ ਵਕਤ ਉਪਾਅ ਕੀਤਾ ਜਾਂਦਾ ਹੈ, ਯਤਨ ਕੀਤਾ ਜਾਂਦਾ ਹੈ, ਦੁੱਧ ਵਿੱਚੋਂ ਘਿਓ ਨਿਕਲ ਆਉਂਦਾ ਹੈ, ਕਾਠ ਵਿੱਚੋਂ ਅੱਗ ਪੈਦਾ ਹੋ ਜਾਂਦੀ। ਇਸੀ ਤਰ੍ਹਾਂ ਹਰਿਕ ਦੇ ਅੰਦਰ ਬਾਹਰ ਵਾਹਿਗੁਰੂ ਪਰਿਪੂਰਨ ਹੈ। ਜਿਸ ਭਗਤੀ ਰੂਪੀ ਸਾਧਨ ਕੀਤਾ ਜਾਂਦਾ ਹੈ, ਉਹ ਇਉਂ ਪ੍ਰਗਟ ਹੋ ਜਾਂਦਾ ਜਿਵੇਂ ਦੁੱਧ ਵਿੱਚੋਂ ਘਿਓ ਔਰ ਕਾਠ ਵਿੱਚੋਂ ਅੱਗ। ਅਤੇ ਆਹ ਸੱਸ ਕੁਛ ਮੌਕੇ ਉਹ ਸੰਤ ਕਹਿਣ ਲੱਗਿਆ, ਨਾਮ ਦਿਓ ਤਦੇ ਤੈਨੂੰ ਕੱਚਾ ਕਿ ਤੇਰੀ ਅਜੇ ਅਲਪ ਦਿਸ਼ਟ ਹੈ, ਤੈਨੂੰ ਅਜੇ ਮਹੱਤ ਦਿਸ਼ਟ ਬ੍ਰਹਮ ਦਿਸ਼ਟ ਪ੍ਰਾਪਤ ਨਹੀਂ ਹੋਈ। ਹੋਰ ਜਿਤਨੇ ਉੱਥੇ ਬੈਠੇ ਸਨ ਉਹ ਬ੍ਰਹਮ ਦਿਸ਼ਟ ਵਾਲੇ ਸਨ, ਤਦੇ ਉਹਨਾਂ ਨੂੰ ਪੱਕਾ ਕਿਹਾ ਸੀ। ਸੋ ਤੂੰ ਇੱਕ ਦੇਸ਼ੀ ਰੱਬ ਨੂੰ ਮੰਨਦਾ ਹੈ, ਰੱਬ ਦਾ ਸਾਰੇ ਪਰਿਪੂਰਨ ਹੈ। ਉਸ ਤੋਂ ਬਾਅਦ ਨਾਮ ਦੇ ਉਹਨੂੰ ਬ੍ਰਹਮ ਦਿਸ਼ਟ ਪ੍ਰਾਪਤ ਹੋਈ। ਜਦੋਂ ਐਸੀ ਦਿਸ਼ਟ ਪ੍ਰਾਪਤ ਹੋਈ, ਉਸ ਮੌਕੇ ਨਾਮ ਦਿਓ ਇਉਂ ਉਚਾਰਨ ਕਰਦੇ ਹਨ, ਰਾਮ ਬੋਲੇ ਰਾਮ ਬੋਲੇ ਮਾਟੀ ਕੁੰਚਰ ਚੀਟੀ ਆਂਜਨ ਹੈ ਬਹੁ ਨਾਨਾਰੇ ਸਥਾਵਰ ਜੰਗਮ ਕੀਟ ਪਤੰਗਮ ਕਟਕਟ ਰਾਮ ਸਮਾਨਾਰੇ ਏਕਲ ਚਿੰਤਾ ਰਾਖ ਅਨੰਤਾ ਔਰ ਤਜੋ ਸਭ ਆਸਾਰੇ ਪ੍ਰਣਵੇ ਨਾਮਾ ਭੈ ਨਿਹ ਕੰਮ ਕੋ ਠਾਕਰ ਕੋ ਦਾਸਾਰੇ। ਇੱਥੇ ਜਾ ਕੇ ਸਵਾਮੀ ਤੇ ਸ਼ਿਵ ਇੱਕ ਹੋ ਜਾਂਦੇ ਹਨ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਘਟ ਘਟ ਮੈਂ ਹਰ ਜੂ ਕੁਛ ਸੰਤਨ ਕਿਹੋ ਪੁਕਾਰ ਕੌ ਨਾਨਕ ਤੇ ਭਜਮਨਾ ਕੌ ਨਿਤ ਉਤਰੇ ਪਾਰ। ਔ ਸਾਸਕ ਇਉਂ ਖਿਆਲ ਕਰੋ, ਵਾਹਿਗੁਰੂ ਨਿਰਗੁਣ ਸਾਰੇ ਪਰਿਪੂਰਨ ਹੈ, ਸਭ ਦੇ ਅੰਦਰ ਬਾਹਰ ਇਉਂ ਪਰਿਪੂਰਨ ਹੈ ਜਿਵੇਂ ਚੱਗ ਲਹਿ ਬੁੱਧ ਬੁੱਧਿਆਂ ਦੇ ਅੰਦਰ ਬਾਹਰ ਪਾਣੀ ਹੀ ਪਾਣੀ ਹੁੰਦਾ ਹੈ। ਧਿਆਨ ਦਿਓ ਉੱਥੇ ਸੁਰ ਫਿਰ ਲੈ ਜਾਓ। ਦਸ਼ੀਸ਼ ਜੀ ਨੇ ਪੁੱਛਿਆ, ਮਹਾਰਾਜ ਉਹ ਜੋ ਨਿਰਗੁਣ ਬ੍ਰਹਮ ਆਪ ਦੱਸਦੇ ਹੋ ਇਤਨਾ ਸੂਕਸ਼ਮ ਹੈ ਆਕਾਸ਼ ਦੇ ਮੁਕਾਬਲੇ ਵਿੱਚ, ਜਿਵੇਂ ਸੁਮੇਰ ਦੇ ਮੁਕਾਬਲੇ ਵਿੱਚ ਰਾਈ ਦਾ ਦਾਣਾ ਹੋਵੇ, ਉਹਦੀ ਪੂਜਾ ਕਿਵੇਂ ਹੋਵੇ। ਅੱਗੋਂ ਸ਼ਿਵਜੀ ਕਹਿਣ ਲੱਗੇ, ਮੈਂ ਵਸ਼ਿਸ਼ਟ ਜੀ ਜਿਹੋ ਜਿਹਾ ਪਰਮਾਤਮਾ ਉਹੀ ਜੀ ਉਸਦੀ ਪੂਜਾ। ਨਿਰਗੁਣ ਦੀ ਪੂਜਾ ਸਾਕਾਰ ਸਮੱਗਰੀ ਨਾਲ ਨਹੀਂ ਹੋਇਆ ਕਰਦੀ, ਨਿਰਗੁਣ ਦੀ ਪੂਜਾ ਸੂਕਸ਼ਮ ਫੁੱਲਾਂ ਨਾਲ ਹੀ ਹੁੰਦੀ ਹੈ। ਉਸ ਨਿਰਗੁਣ ਦੀ ਪੂਜਾ ਕਰਨ ਵਾਸਤੇ ਸਾਮ ਸੰਬੋਧ ਤਿੰਨ ਫੁੱਲ ਮੰਨੇ ਹਨ, ਸਮ ਚਿੱਤ ਦੀ ਇਕਾਗਰਤਾ, ਸਾਮ ਸਮ ਦ੍ਰਿਸ਼ਟੀ, ਬਹੁਤ ਕਹੀਏ ਤਤ ਗਿਆਨ। ਇਹ ਪੂਜਾ ਜਿਹੜੀ ਹੈ ਬਜ਼ੁਰਗਾਂ ਦੇ ਕਰਨ ਯੋਗ ਹੈ, ਯਾਨੀ ਬ੍ਰਹਮਗਿਆਨੀਆਂ ਦੇ ਕਰਨ ਯੋਗ ਹੈ। ਬਾਕੀ ਜਿਹੜੇ ਉਰਲੇ ਜਗਿਆਸੂ ਹਨ ਉਹਨਾਂ ਦੇ ਵਾਸਤੇ ਸਾਕਾਰ ਦੀ ਪੂਜਾ ਹੀ ਨਿਯਤ ਹੈ, ਉਸਦੇ ਆਸਰੇ ਇੱਥੇ ਪਹੁੰਚਣਾ ਹੈ ਉਹਨਾਂ ਨੇ। ਜਿੰਨੀ ਦੇਰ ਤੱਕ ਐਸਾ ਨਹੀਂ ਕੀਤਾ ਜਾਂਦਾ ਇਸ ਅਵਸਥਾ 'ਚ ਪਹੁੰਚਦਾ ਨਹੀਂ ਹੈ। ਅਤੇ ਆਓ ਧੰਨੇ ਨੂੰ ਪੱਥਰਿਕ ਲਪੇਟ ਕੇ ਅਤੇ ਧੰਨੇ ਨੂੰ ਗੈਲ ਛੁੜਾ। ਧੰਨੇ ਦੇ ਚਿੱਤ ਵਿੱਚ ਦ੍ਰਿੜ ਵਿਸ਼ਵਾਸ ਹੈ, ਉਹ ਪੱਥਰ ਨਹੀਂ ਮੰਨਦੇ ਆ, ਸਾਕਸ਼ਾਤ ਭਗਵਾਨ ਮੰਨਦੇ ਆ। ਅੱਜ ਧੰਨਾ ਫੁੱਲਿਆ ਨਹੀਂ ਸਮਾਉਂਦਾ,
ਮੇਰੇ ਘਰ ਭਗਵਾਨ ਆ ਗਿਆ। ਸੁਇਓ ਚਾਈ ਚਾਈ ਦਿਨ ਦਾ ਕੰਮ ਛੇਤੀ ਮੁਕਾ ਕੇ ਰਾਤ ਦੇ ਵੇਲੇ ਸੌਂ ਜਾਂਦਾ ਹੈ। ਖੁਸ਼ੀ ਵਿੱਚ ਨੀਂਦ ਨਹੀਂ ਪੂਰੀ ਪੂਰੀ ਆਈ, ਅੱਧੀ ਰਾਤ ਹੀ ਉੱਠ ਖੜਾ। ਉੱਠ ਕੇ ਚੂਹ ਛੱਪੜ ਦੇ ਵਿੱਚ ਚੁੱਬੀਆਂ ਲਾਈਆਂ, ਇਸ਼ਨਾਨ ਕੀਤਾ, ਬੈਠ ਕੇ ਚੂਹ ਮਾਲਾ ਫੇਰੀ। ਦਿਨ ਚੜ ਗਿਆ, ਸੋਚਦਾ ਤੰਨਾ ਮੈਂ ਵੀ ਕੁਛ ਖਾਣਾ ਪੀਣਾ ਹੈ, ਉਸ ਤੋਂ ਬਾਅਦ ਕੰਮ ਕਾਰ ਲੱਗਣਾ ਹੈ। ਮੈਨੂੰ ਹੁਕਮ ਸੀ ਪਹਿਲੇ ਭਗਵਾਨ ਨੂੰ ਛਕਾ ਕੇ ਫਿਰ ਕੁਛ ਛਕਣਾ ਹੈ। ਇਉਂ ਦੱਸਿਆ ਸਾਧ ਸਿੰਘ ਜਿੰਨੀ ਦੇਰ ਤੱਕ ਸਵੇਰੇ ਉੱਠ ਕੇ ਇਸ਼ਨਾਨ ਆਦਿ ਕਰਕੇ ਪੁਰਸ਼ ਥੋੜ੍ਹਾ ਬਹੁਤ ਭਜਨ ਨਹੀਂ ਕਰ ਲੈਂਦਾ, ਭਜਨ ਕੀਤੇ ਬਿਨਾਂ ਜੋ ਕੁਛ ਖਾਣਾ ਹੈ ਮਾਨੋ ਗੰਦਾ ਖਾਣਾ ਹੁੰਦਾ, ਦੁੱਧ ਆਦਿ ਪੀਣਾ ਮਾਨੋ ਰੱਤ ਪੀਣੀ ਹੁੰਦੀ ਹੈ। ਪਹਿਲਾ ਕਰਤੱਵ ਇਸ ਦੇ ਵਾਸਤੇ ਇਸ਼ਨਾਨ ਆਦਿ ਕਰਕੇ ਭਜਨ ਪਾਠ ਕਰਨਾ ਦੱਸਿਆ। ਸੋ ਇਹ ਧੰਨੇ ਨੇ ਜਾਣ ਕੇ ਵੀ ਮੈਂ ਜੋ ਕੁਛ ਛਕਾਉਣਾ ਹੈ ਆਪਣੇ ਭਗਵਾਨ ਨੂੰ ਪਹਿਲੇ ਛਕਾ ਲਵਾਂ, ਫਿਰ ਛੱਕ ਕੇ ਕੰਮ ਕਾਰ ਲੱਗਾਂਗੇ, ਡੰਗਰ ਬੱਛਾ ਖੋਲਾਂਗੇ। ਉਸਨੇ ਜੋ ਕੁਛ ਹਾਜ਼ਰ ਸੀ, ਲੱਸੀ ਖੱਟੀ ਉਹੀ ਰੋਟੀਆਂ ਮਿਸੀਆਂ, ਲਿਆ ਕੇ ਆਪਣੇ ਭਗਵਾਨ ਦੇ ਅੱਗੇ ਰੱਖ ਦਿੱਤੀਆਂ, ਉੱਪਰ ਦੀ ਪੱਲਾ ਪਾਤਾ, ਠਾਕੁਰ ਨੂੰ ਨਵਾਲ ਕੇ ਚਾਰ ਰੋਟੀਆਂ ਲੈ ਭੋਗ ਚੜਾਵੇ, ਹੱਥ ਜੋੜ ਬਿਨਤੀ ਕਰੇ, ਪੈਰਿੰਗ ਪੈ ਪੈ ਬਹੁਤ ਮਨਾਵੇ, ਵਾਰ ਵਾਰ ਅਰਦਾਸਾਂ ਕਰਦਾ ਹੈ, ਬੇਨਤੀਆਂ ਕਰਦਾ ਹੈ। ਲਾਭ ਭੋਗ ਹਰ ਰਾਇਆ, ਲਾਭ ਭੋਗ ਹਰ ਰਾਇਆ, ਰੋਟੀਆਂ ਲੈ ਭੋਗ ਚੜਾਵੇ, ਲੱਸੀ ਤੇ ਰੋਟੀ ਇਹਦਾ ਭੋਗ ਲਗਾਉਂਦਾ ਹੈ, ਹੱਥ ਜੋੜ ਬਿਨਤੀ ਕਰੇ,
ਪੈਰੀ ਪੈ ਪੈ ਬਹੁਤ ਮਨਾਵ। ਦਿਲੀ ਸ਼ਰਧਾ ਨਾਲ, ਦ੍ਰਿੜ ਵਿਸ਼ਵਾਸ ਨਾਲ, 100% ਭਰੋਸੇ ਨਾਲ ਬੇਨਤੀਆਂ ਕਰਦਾ ਹੈ ਅੰਤਰਜਾਮੀ, ਇਹ ਪਤਤ ਪਾਵਨ, ਇਹ ਕਰਨ ਕਾਰਨ, ਇਹ ਮਿਹਰਬਾਨ, ਇਹ ਸਰਵ ਸ਼ਕਤੀਮਾਨ, ਕਿਰਪਾ ਕਰੋ, ਆਪ ਛਕੋ, ਉਸ ਤੋਂ ਬਾਅਦ ਮੈਂ ਛਕਾਂ, ਫਿਰ ਕੰਮ ਕਰ ਲੱਗਾਂ। ਆਪਣੇ ਸਰਲ ਸੁਭਾਅ ਦੇ ਨਾਲ ਪਰ ਚਿੱਤ ਵਿੱਚ 100% ਵਿਸ਼ਵਾਸ ਦੇ ਨਾਲ, ਦ੍ਰਿੜ ਭਰੋਸੇ ਦੇ ਨਾਲ ਬੇਨਤੀ ਕਰਦਾ ਹੈ। ਬੇਨਤੀ ਕਰਕੇ ਜਦੋਂ ਪੱਲਾ ਚੱਕ ਕੇ ਦੇਖਿਆ, ਕੁਛ ਵੀ ਨਹੀਂ ਛਕਿਆ ਉੱਥੇ, ਉਸੀ ਤਰ੍ਹਾਂ ਹੀ ਸਭ ਕੁਛ ਪਿਆ ਹੋਇਆ ਹੈ। ਫਿਰ ਪੱਲਾ ਉੱਪਰ ਦਿਸ਼ਕ ਦਿੰਦਾ ਹੈ, ਫਿਰ ਵਾਰ ਵਾਰ ਬੇਨਤੀਆਂ ਕਰਕੇ ਅਰਦਾਸਾਂ ਕਰਦਾ ਹੈ। ਪੈਰੀ ਪੈ ਪੈ ਕੇ ਬਹੁਤ ਮਨਾਵੇ, ਕਿਰਪਾ ਕਰੋ, ਮਿਹਰ ਕਰੋ, ਜੋ ਸਾਡੇ ਗਰੀਬਾਂ ਦੇ ਰੁੱਖਾ ਮਿੱਸਾ ਹੈ ਉਹ ਛਕੋ, ਬਾਅਦ ਵਿੱਚ ਮੈਂ ਛਕਾਂ ਤੇ ਕੰਮ ਕਾਰ ਲੱਗਾਂ। ਯੂੰ ਆਪਣੇ ਸਰਲ ਸੁਭਾਅ ਦੇ ਨਾਲ, ਚਿੱਤ ਵਿੱਚ 100% ਵਿਸ਼ਵਾਸ ਦੇ ਨਾਲ ਬੇਨਤੀਆਂ ਕਰਦਾ ਹੈ। ਪਰਮੇਸ਼ਰ ਸਾਧ ਸਿੰਘ ਪ੍ਰੇਮ ਦਾ ਹੀ ਭੁੱਖਾ ਹੈ। ਨਾ ਤੂੰ ਅੰਨੇ ਵਸ ਬਹੁਤ ਘਿਣਾਵਣੇ,
ਨਾ ਤੂੰ ਆਵੇਂ ਬਸ ਵੇਦ ਪੜਾਵਣੇ, ਨਾ ਤੂੰ ਆਵੇਂ ਬਸ ਤੀਰਥ ਨਹਾਈ ਹੈ, ਨਾ ਤੂੰ ਆਵੇਂ ਬਸ ਧਰਤੀ ਥਾਈ ਹੈ, ਨਾ ਤੂੰ ਆਵੇਂ ਬਸ ਕਿਤੇ ਸਿਆਣਪ ਹੈ, ਨਾ ਤੂੰ ਆਵੇਂ ਬਸ ਬਹੁਤਾ ਦਾਨ ਦੇ। ਸਭ ਕੋ ਤੇਰੇ ਬਸ ਅਗਮ ਅਗੋਚਰਾ, ਤੂੰ ਭਗਤਾਂ ਕੇ ਬਸ ਭਗਤਾਂ ਤਾਣ ਦੇ। ਪਰਮੇਸ਼ਰ ਹਮੇਸ਼ਾ ਪ੍ਰੇਮਾ ਭਗਤੀ ਦੇ ਵਸ ਹੈ, ਪ੍ਰੇਮ ਦੇ ਵਸ ਹੈ, ਹੋਰ ਕਿਸੀ ਵਸਤੂ ਦੇ ਵਸ ਨਹੀਂ। ਵਿਦਿਆ ਪੜ੍ਹਨ ਕਰਕੇ ਵਸ ਨਹੀਂ ਹੁੰਦਾ, ਤੀਰਥਾਂ ਤੇ ਫਿਰਨ ਕਰਕੇ ਵਸ ਨਹੀਂ ਹੁੰਦਾ, ਔਰ ਚਤੁਰਾਈਆਂ ਕਰਕੇ ਵਸ ਨਹੀਂ ਹੁੰਦਾ। ਉਹ ਵਸ ਹੁੰਦਾ ਪ੍ਰੇਮਾ ਭਗਤੀ ਦੇ ਨਾਲ। ਰੱਬ ਵਸ ਭਗਤਾਂ ਨੇ ਕਹਿੰਦਾ ਮੇਰੇ ਪਿਆਰੇ ਮੈਨੂੰ ਝੱਟ ਹੀ ਨਿਰਾਕਾਰ ਤੇ ਸਾਕਾਰ ਬਣਾ ਲੈਂਦੇ। ਹਾਂ, ਮੈਨੂੰ ਉਹਨਾਂ ਦੇ ਵਸੀਭੂਤ ਹੋਣਾ ਪੈਂਦਾ ਹੈ। ਨਾਮਾ ਕਹਿਤ ਭਗਤ ਵਸ ਕੇਸ਼ਵ, ਅੱਜ ਹੁਣ ਬਲ ਕੇ ਦੁਆਰ ਖੜੇ। ਅਜੇ ਤੱਕ ਰਾਜੇ ਬਲ ਦੇ ਦੁਆਰੇ ਖੜਾ, ਪ੍ਰੇਮ ਦਾ ਬੰਧਾ ਹੋਇਆ ਖੜਾ ਹੈ ਦੁਆਰੇ ਹਰ ਜੀ ਬੰਨੇ। ਸੁਭਾਅ
ਜੀ ਦੁਰਯੋਧਨ ਦੇ ਮਹਲ ਤਿਆਗ ਕੇ, ਅੱਛੇ ਅੱਛੇ ਭੋਜਨ ਪਕਵਾਨ ਤਿਆਗ ਕੇ, ਵਿਦੁਰ ਦੀ ਛਪਰੀ ਵਿੱਚ ਜਾ ਕੇ ਰਾਤ ਕੱਟੀ, ਤਲੂਣਾ ਸਾਗ ਖਾਧਾ, ਉਧਰ ਹੰਕਾਰੀਆਂ ਨੂੰ ਤਿਆਗ ਕੇ ਪੀਲਣੀ ਦੇ ਜੂਠੇ ਬੇਰ ਖਾਧੇ। ਗੁਰੂ ਹਰਗੋਬਿੰਦ ਮਹਾਰਾਜ ਕਸ਼ਮੀਰ ਦੇ ਵਿੱਚ ਮਾਈ ਭਾਗਵਤੀ ਦੇ ਦੁਆਰੇ ਤੇ ਘੋੜੇ ਤੇ ਸਵਾਰ ਨੂੰ ਕਹਿਣ ਲੱਗੇ, ਮਾਤਾ ਲਿਆ ਮੇਰੇ ਵਾਸਤੇ ਜਿਹੜਾ ਵਸਤਰ ਤਿਆਰ ਕਰਕੇ ਰੱਖੇ। ਕਿਉਂ? ਪਰਮੇਸ਼ਰ ਦਾ ਸੁਭਾਅ ਹਮੇਸ਼ਾ ਹੀ ਪ੍ਰੇਮ ਦੇ ਵਸੀਭੂਤ ਹੋਣਾ, ਨਿਰਾਕਾਰ ਤੋਂ ਸਾਕਾਰ ਹੋ ਜਾਂਦਾ ਹੈ। ਇਹ ਦਰਸ਼ਨਾ ਬਾਰ ਬਾਰ ਬੇਨਤੀਆਂ ਕਰਦਾ ਹੈ, ਪ੍ਰਭੂ ਕਿਰਪਾ ਕਰੋ, ਜੋ ਕੁਛ ਰੁੱਖਾ ਮਿਸਾ ਹੈ ਸਾਡੇ ਗਰੀਬਾਂ ਦੇ ਆਪ ਛਕੋ, ਆਪ ਤਾਂ ਹਮੇਸ਼ਾ ਪ੍ਰੇਮ ਦੇ ਵਸੀਭੂਤ ਹੋ, ਆਪ ਚੰਗੇ ਪਦਾਰਥਾਂ ਵਗੈਰਾ ਦਾ ਕੋਈ ਖਿਆਲ ਨਹੀਂ ਰੱਖਦੇ, ਇਸ ਕਰਕੇ ਜੋ ਹਾਜ਼ਰ ਹੈ ਛਕੋ। ਕਿਉਂ? ਬਾਰ ਬਾਰ ਪ੍ਰਾਰਥਨਾ ਕਰਕੇ ਆਪਣੇ ਸਰਲ ਸੁਭਾਅ ਦੇ ਨਾਲ ਔਰ 100% ਸ਼ਰਧਾ ਦੇ ਨਾਲ ਜਦੋਂ ਪੱਲਾ ਉਠਾ ਕੇ ਦੇਖਦਾ ਹੈ ਕੁਛ ਨਹੀਂ ਛਕਿਆ, ਉਸੀ ਤਰ੍ਹਾਂ ਹੀ ਪਿਆ ਹੋਇਆ। ਇਸੀ ਤਰ੍ਹਾਂ ਫੇਰ ਸਮਾਂ ਗੁਜ਼ਰ ਗਿਆ, ਕਾਫੀ ਸਮਾਂ ਗੁਜ਼ਰ ਜਾਂਦਾ ਹੈ, ਸੋਚਿਆ ਪਤਾ ਨਹੀਂ ਕੀ ਗੱਲ ਹੈ, ਕੀ ਕਾਰਨ ਹੈ, ਪ੍ਰਭੂ ਮੇਰੇ ਤੇ ਨਾਰਾਜ਼ ਹੈ, ਕਦੇ ਨਹੀਂ ਨਾ ਛਕਦਾ, ਉੱਥੇ ਰੋਜ਼ ਤਰਲੋਚਨ ਦੇ ਛਕਦਾ ਹੁੰਦਾ। ਇਹ ਜਾਣ ਕੇ ਸੋਚਿਆ ਧੰਨੇ ਨੇ ਵੀ ਭਗਵਾਨ ਦੀ ਨਾਰਾਜ਼ਗੀ ਨਾ ਤਾਂ ਮੌਤ ਚੰਗੀ ਹੈ, ਸਾਧ ਪ੍ਰੇਮ ਦਾ ਡੇਰਾ ਸਿਰ ਤੋਂ ਪਰੇ ਹੈ, ਪ੍ਰੇਮੀਆਂ ਵਾਸਤੇ ਸਿਰ ਤੋਂ ਪਰੇ ਖੇਲ ਜਾਣਾ ਮਾਮੂਲੀ ਗੱਲ ਹੋਇਆ ਕਰਦੀ ਹੈ, ਜਿਹੜੇ ਲੋਕਾਂ ਨੂੰ ਪਹਾੜ ਲੱਗਦੀ ਹੁੰਦੀ ਹੈ। ਪ੍ਰੇਮ ਜੋ ਤਾਂ ਪ੍ਰੇਮ ਖੇਲਣ ਕਰ ਚਾਹੋ, ਸਿਰ ਥਰ ਤਲੀ ਗਲੀ ਮੋਰੀ ਆਓ, ਕਿਤ ਮਾਰਗ ਪੈਰ ਧਰੀ ਜੈ, ਸਿਰ ਦੀ ਜੈ ਕਾਣ ਨਾ ਕੀ ਜੈ। ਪ੍ਰੇਮ ਦਾ ਡੇਰਾ ਸਿਰ ਤੋਂ ਪਰੇ ਹੈ। ਅਸੀਂ ਧੰਨੇ ਨੇ ਸੋਚਿਆ ਵੀ ਬੜਾ ਵਕਤ ਗੁਜ਼ਰ ਗਿਆ, ਭਗਵਾਨ ਮੇਰੇ ਤੇ ਨਾਰਾਜ਼ ਦਿੰਦਾ ਹੈ। ਕਹਿੰਦਾ ਅੱਛਾ ਭਗਵਾਨ, ਜੇ ਤੂੰ ਮੇਰੇ ਤੇ ਨਾਰਾਜ਼ ਹੈ ਨਹੀਂ ਕੁਛ ਛਕਣਾ, ਹਾਂ ਵੀ ਮੂੰਹ ਨਾ ਜੁਠਾਲ ਸਾਂ, ਤੂੰ ਉੱਠਾ ਮੈਂ ਕਿਉਂ ਨਾ ਸੁਖਾਵੈ, ਮੈਂ ਵੀ ਕੁਛ ਨਹੀਂ ਖਾਣਾ, ਮੈਂ ਵੀ ਆਪਣੇ ਪ੍ਰਾਣ ਤਿਆਗ ਦੇਵਾਂਗੇ। ਇਸੀ ਤਰ੍ਹਾਂ ਚਾਟੀ ਅੰਦਰ ਜਾ ਕੇ ਛੁਰੀ ਕੱਢ ਲਿਆਉਂਦਾ ਹੈ। ਇੱਕ ਦਫ਼ਾ ਪ੍ਰਾਰਥਨਾ ਕੀਤੀ, ਹੇ ਪ੍ਰਭੂ ਛਕੋ, ਜੋ ਕੁਛ ਹੈ ਰੁੱਖਾ ਮਿੱਸਾ ਛਕੋ, ਅਗਰ ਨਹੀਂ ਛਕੋਗੇ ਆ ਛੁਰੀ ਮੇਰੇ ਹੱਥ ਵਿੱਚ ਹੈ, ਆਪਣੇ ਪੇਟ ਵਿੱਚ ਮਾਰ ਕੇ ਘਾਤ ਕਰਕੇ ਆਪਣਾ ਘਾਤ ਕਰ ਲਵਾਂਗਾ, ਇਸ ਕਰਕੇ ਛਕੋ, ਇੱਕ ਵਾਰੀ ਪ੍ਰਾਰਥਨਾ ਕਰਾਂਗਾ ਫਿਰ ਨਹੀਂ। ਜਿਸ ਵਕਤ ਸਾਧ ਸਿੰਘ ਨੇ ਪ੍ਰਾਰਥਨਾ ਕੀਤੀ, ਪੱਲਾ ਉਠਾ ਕੇ ਦੇਖਿਆ ਕੁਛ ਨਹੀਂ ਛਕਿਆ, ਹੁਣ ਆਪਣੇ ਪ੍ਰਣ ਦੇ ਮੁਤਾਬਕ ਧੰਨੇ ਨੇ ਛੁਰੀ ਸੱਜੇ ਹੱਥ ਵਿੱਚ ਲੈ ਕੇ ਉਭਾਰੀ ਆਪਣੇ ਪੇਟ ਵਿੱਚ ਮਾਰਨ ਵਾਸਤੇ। ਸੋ ਸਾਧ ਸਿੰਘ ਪਰਮੇਸ਼ਰ ਸਾਰੇ ਪਰਿਪੂਰਨ ਹੈ, ਸਰਵ ਸ਼ਕਤੀਮਾਨ ਹੈ, ਜਿਸਦਾ ਸੁਭਾਅ ਵੀ ਪ੍ਰੇਮ ਦੇ ਵਸ ਹੋ ਜਾਣਾ ਹੈ। ਜਦੋਂ ਧੰਨੇ ਨੇ ਇਉਂ ਕੀਤਾ, ਚਾਠੀ ਗੁਰਸਾਈ ਪ੍ਰਤੱਖ ਹੋਏ, ਚਾਠੀ ਸਾਧ ਸਿੰਘ ਪ੍ਰਤੱਖ ਪ੍ਰਗਟ ਹੋ ਜਾਂਦਾ ਹੈ, ਨਿਰਾਕਾਰ ਤੋਂ ਸਾਕਾਰ ਬਣ ਜਾਂਦਾ ਹੈ। ਧੰਨੇ ਦਾ ਹੱਥ ਫੜ ਲਿਆ, ਧੰਨਿਆ ਭਾਈ ਆਪਣਾ ਘਾਤ ਨਾ ਕਰ, ਲਿਆ ਮੈਂ ਛਕਦਾ। ਹੁਣ ਧੰਨੇ ਦੀ ਸਵੇਰ ਦੀ ਨਿਰਾਸ਼ਤਾ ਇਹੋ ਜਿਹੀ ਖੁਸ਼ੀ ਵਿੱਚ ਬਦਲੀ ਹੋਵੇਗੀ, ਧੰਨਾ ਹੀ ਜਾਣਦਾ ਹੈ ਜਾਂ ਕਿਸੇ ਨਾਲ ਇਹੋ ਜਿਹੀ ਵਰਤੀ ਹੋਵੇ ਉਹ ਜਾਣਦਾ। ਸਾਸ ਕਿਉਂ? ਭਗਵਾਨ ਛਕ ਰਹੇ ਹਨ ਲੱਸੀ ਤੇ ਮਿੱਸੇ ਪ੍ਰਸ਼ਾਦ, ਧੰਨਾ ਦੇਖਦੇ ਖੁੱਲਿਆ ਨਹੀਂ ਸਮਾਉਂਦਾ, ਖੁਸ਼ ਹੋ ਰਿਹਾ ਹੈ। ਜਦੋਂ ਕੁਛ ਥੋੜ੍ਹਾ ਜਿਹਾ ਰਹਿ ਗਿਆ, ਕਹਿਣਗੇ ਮਹਾਰਾਜ ਮੈਂ ਵੀ ਸਵੇਰ ਦਾ ਭੁੱਖਾ ਦਿਆਂ, ਮੈਨੂੰ ਰਹਿਣ ਦੋ ਕੁਛ। ਸੋ ਇਉਂ ਧੰਨੇ ਨੇ ਜੋ ਕੁਛ ਬਾਕੀ ਬਚੇ ਆਪ ਛਕਿਆ ਸੀ ਪ੍ਰਸ਼ਾਦ ਭਗਵਾਨ ਦਾ। ਅਖੀਰ ਪ੍ਰਣ ਲੈਂਦਾ ਹੈ, ਕੀ ਕਹਿੰਦੇ ਮਹਾਰਾਜ ਵੱਡੀ ਦੇਰ ਹੋ ਗਈ, ਮੇਰੇ ਡੰਗਰ ਪਸ਼ੂ ਵੀ ਭੁੱਖੇ ਤੇ ਆਏ ਖੜੇ, ਅਗਰ ਰੋਜ਼ ਇਤਨੀ ਦੇਰ ਲਗਾਇਆ ਕਰਨੀ ਹੈ ਆਪਣੇ ਭੋਗ ਲਗਾਉਣ ਵਾਸਤੇ ਤਾਂ ਬੜੀ ਮੁਸ਼ਕਲ ਹੈ, ਪਰ ਅੱਜ ਪ੍ਰਣ ਦੋ, ਪਹਿਲੀ ਬੇਨਤੀ ਨਾਲ ਪ੍ਰਗਟ ਹੋ ਕੇ ਛਕਿਆ ਕਰੋਗੇ। ਕਹਿੰਦੇ ਚੰਗਾ, ਧੰਨਿਆ ਅੱਗੇ ਵਾਸਤੇ ਐਸਾ ਹੀ ਹੋਵੇਗਾ।
ਸਤਸੰਗ ਧੰਨੇ ਨੇ ਪ੍ਰਣ ਲੈ ਲਿਆ ਤਦੇ ਹੀ ਗੁਰੂ ਜੀ ਦੱਸਦੇ ਹਨ ਪ੍ਰਤੱਖ ਹੋਏ ਛਾ ਰੋਟੀਆਂ ਲੈ ਭੋਗ ਲਗਾਵੇ ਭੋਲੇ ਪਾਏ ਗੋਬਿੰਦ ਮਿਲਾਵੇ ਸਰਲ ਸੁਭਾਅ ਨੂੰ ਸੌ ਫੀਸਦੀ ਵਿਸ਼ਵਾਸ ਨੂੰ ਕਿਉਂ ਭਗਵਾਨ ਨਿਰਾਕਾਰ ਤੋਂ ਸਾਕਾਰ ਹੋ ਕੇ ਧੰਨੇ ਨੂੰ ਦਰਸ਼ਨ ਦਿੰਦਾ ਸਾਸੂ ਇਹ ਸਾਰੀ ਬਰਕਤ ਸਾਰੀ ਸ਼ਕਤੀ ਕਾਹਦੇ ਵਿੱਚ ਸੀ ਇਹ ਸ਼ਰਧਾ ਧੰਨਾ ਕੋਈ ਪੜਿਆ ਨਹੀਂ ਸੀ ਉਮਰ ਬਹੁਤੀ ਵੱਡੀ ਨਹੀਂ ਸੀ 14-15 ਸਾਲ ਦਾ ਕਿਸ਼ੋਰ ਅਵਸਥਾ ਦਾ ਮੁੰਡਾ ਸੁਚੁੱਧੀ ਸੁਚ ਪਵਿੱਤਰਤਾ ਕੁਛ ਨਹੀਂ ਸੀ ਜਾਣਦਾ ਪਰ ਉਹਦੀ ਸ਼ਰਧਾ ਜਿਹੜੀ ਉਹਦੇ ਚਿੱਤ ਵਿੱਚ ਹੋਈ ਉਸਨੇ ਇਤਨਾ ਜਲਦੀ ਉਸਦਾ ਕੰਮ ਕੀਤਾ ਭੋਲੇ ਪਾਏ ਮਿਲੇ ਰੰਗ ਰਾਇਆ ਸਰਲ ਸੁਭਾਅ ਹਿਰਦੇ ਨੂੰ
ਪ੍ਰਭੂ ਦਾ ਮਿਲਾਪ ਤਿੰਨੇ ਨੂੰ ਹੋਇਆ। ਸਾਸੰਗ ਸ਼ਰਧਾ, ਇੱਥੇ ਸ਼ਰਧਾ ਦੀ ਮਹੱਤਤਾ ਤੇ ਵਿਚਾਰ ਹੋਈ ਹੈ। ਉਧਰ ਤਰਲੋਚਨ ਕੋਈ ਪੂਰਨ ਪੁਰਖ ਨਹੀਂ ਸੀ, ਕੋਈ ਮਹਾਂਪੁਰਖ ਨਹੀਂ ਸੀ, ਕਿ ਕਰਮਕਾਂਡੀ ਜ਼ਰੂਰ ਸੀ। ਇੱਧਰ ਧੰਨਾ ਕੋਈ ਵਿਦਵਾਨ ਨਹੀਂ ਸੀ, ਕੋਈ ਸ਼ੁੱਧੀ ਸੱਚ ਪਵਿੱਤਰਤਾ ਜਾਣਨ ਵਾਲਾ ਨਹੀਂ ਸੀ, ਪਰ ਉਹਦੇ ਚਿੱਤ ਵਿੱਚ ਦ੍ਰਿੜ ਸ਼ਰਧਾ ਹੋ ਪਾਈ। ਇਹ ਸ਼ਰਧਾ ਕਰਕੇ ਇਤਨੀ ਜਲਦੀ ਹੀ ਉਸਦਾ ਇਹ ਕਾਰਜ ਸਿੱਧ ਹੋਇਆ। ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਸ਼ਰਧਾ ਵਿਸ਼ਵਾਸ ਭਗਤੀ ਮਾਰਗ ਵਿੱਚ ਸਭ ਤੋਂ ਪਹਿਲਾ ਸਾਧਨ ਇਹੀ ਹੈ। ਉਹਦੇ ਚਤੁਸ਼ਟੇ ਸਾਧਨ ਜੋ ਵੇਦਾਂਤ ਵਾਲਿਆਂ ਨੇ ਮਨ ਦੀ ਸ਼ੁੱਧੀ ਦੇ ਦਿਵਿਆਸੂ ਨੂੰ ਦੱਸੇ ਹਨ, ਉਹਨਾਂ ਵਿੱਚੋਂ ਵੀ ਸ਼ਰਧਾ ਇੱਕ ਸਾਧਨ ਹੈ। ਵਿਵੇਕ ਵੈਰਾਗ ਸੰਮਤੀ ਮਮੁਕਸ਼ਤਾ, ਇਹ ਚਤੁਸ਼ਟੇ ਸਾਧਨ ਮਨਨ ਤਕਣ ਦੀ ਸ਼ੁੱਧੀ ਦੇ ਵਾਸਤੇ ਇਕਾਗਰਤਾ, ਉਹਨਾਂ ਵਿੱਚ ਵੀ ਸ਼ਰਧਾ ਗੁਰੂ ਬਚਨਾਂ ਤੇ ਔਰ ਸ਼ਾਸਤਰ ਤੇ ਸ਼ਰਧਾ ਦੱਸਿਆ ਹੈ, ਗੁਰਬਾਣੀ ਤੇ ਸਤਿਪੁਰਖ ਦੇ ਬਚਨਾਂ ਤੇ ਸ਼ਰਧਾ। ਇਉਂ ਜਿਹੜਾ ਇਸ ਮਾਰਗ ਵਿੱਚ ਚੱਲਦਾ ਹੈ ਉਹ ਆਪਣੇ ਜਨਮ ਨੂੰ ਸਫਲਾ ਕਰ ਲੈਂਦਾ ਹੈ। ਤਾਂ ਤੇ ਗੁਰੂ ਜੀ ਦੱਸਦੇ ਹਨ ਇਹ ਸਾਲ ਸਰਾਹ ਭਗਤੀ ਮਾਰਗ ਦੇ ਵਿੱਚ ਹਰੀ ਜਾਂ ਸੁਣ ਯਾਨੀ ਸਰਵਣ ਭਗਤੀ, ਕੀਰਤਨ ਭਗਤੀ ਦੇ ਵਿੱਚ, ਸਿਮਰਨ ਭਗਤੀ ਦੇ ਵਿੱਚ ਸ਼ਰਧਾ ਦੀ ਜ਼ਰੂਰਤ ਹੈ। ਪਹਿਲਾ ਸਾਧਨ ਸ਼ਰਧਾ ਹੈ, ਦੂਸਰਾ ਨਿਰਮਾਣਤਾ, ਤੀਸਰਾ ਚਿੱਤ ਵੀ ਇਕਾਗਰਤਾ ਹੁੰਦਾ ਹੈ। ਇਸ ਇਹਨਾਂ ਸਾਧਨਾਂ ਦੁਆਰਾ ਹੀ ਇਹਦਾ ਮਨ ਸ਼ਾਂਤ ਹੋਇਆ ਕਰਦਾ ਹੈ ਅਤੇ ਆਪ ਸਤਸੰਗ ਅੱਜ ਸ਼ਰਧਾ ਤੇ ਹੀ ਵਿਚਾਰ ਚੱਲੀ ਹੈ। ਹੁਣ ਗੁਰੂ ਸਤੋਤਰ ਵਿੱਚ ਗੱਜ ਵੱਜ ਕੇ ਬੋਲਣਾ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ ਧੰਨ ਹੈ।
Thank you.